Para. ਸੇਮੇ ਦੀ ਬਹੂ ਨਾਲ ਗਈ ਆ ਸੁਨਾਮ ਨੂੰ, ਕਹਿੰਦੀ ਆਧਾਰ ਕਾਰਡ ਤੇ ਨਾਮ ਜਿਹਾ ਬਦਲਣਾ। ਇਹ ਆਧਾਰ ਕਾਰਡ ਦੇ ਨਾਮ ਬਦਲਾਉਂਦੀ ਫਿਰੀ ਜਾਂਦੀ ਹੈ, ਉਹ ਉੱਥੇ ਮੇਰਾ ਹਾਲ ਚੰਡੀਗੜ੍ਹ ਤੀਵੀਆਂ ਬਦਲਾਉਂਦਾ ਫਿਰੀ ਜਾਂਦਾ ਹੈ। ਚੱਲ ਕੋਈ ਨੀ, ਆ ਜਾਊਗੀ ਹੌਲੀ ਹੌਲੀ ਅਕਲ। ਕੋਈ ਨੀ ਕੀ, ਜਦੋਂ ਮੇਰੇ ਸਾਲ ਦਾ ਚੰਡੀਗੜ੍ਹ ਜਾਂਦਾ ਕਿਤੇ ਨਾ ਕਿਤੇ ਪੰਚਾਇਤ ਉਹਦੀ ਨਿਬੇੜਨਾ ਪੈਂਦਾ ਮੈਨੂੰ, ਕਿਤੇ ਇਹ ਨਾ ਹੋਵੇ ਥਾਣੇ ਕਚਹਿਰੀ ਜੇ ਕਿ ਨਿਬੜੇ। ਤੂੰ ਕੋਈ ਚੱਜ ਦੀ ਮੂੰਹ 'ਚੋਂ ਭਾਖਿਆ ਕੱਢ ਲਿਆ ਕਰ, ਰੋਟੀ ਖਾ ਲਾ ਚੁੱਪ ਕਰਕੇ। ਕੱਢ ਲਿਆ ਕਰ ਭਾਖਿਆ ਨਾਲੇ ਹੋਰ ਆ, ਜਿਹੜੇ ਹਿਸਾਬ ਨਾਲ ਤੇਰਾ ਮੁੰਡਾ ਚੱਲਦਾ ਨਾ, ਜੇ ਤੇਰੀ ਨੂੰਹ ਚੱਲਣ ਲੱਗ ਗਈ ਤੇ ਤੂੰ ਰੋਕਿਆ ਨਹੀਂ ਰੁਕਣੀ। ਬਸ ਕਰ, ਆਹ ਗੱਲ ਬਹੂ ਦੇ ਸਾਹਮਣੇ ਨਾ ਕਹਿ ਦੀ, ਮੈਂ ਮਸੀ ਦੱਬ ਕੱਢ ਕੇ ਰੱਖੀ ਹੋ ਆ, ਮੇਰੇ ਡਰ ਕਰਕੇ ਉਹ ਬੈਠੀ ਆ। ਜੇ ਆਹ ਗੱਲ ਨਾ ਪ੍ਰੀਤ ਦੇ ਸਾਹਮਣੇ ਕਹਿਤੀ ਤਾਂ ਉਹਨੂੰ ਫਰ ਲੱਗਣੀ ਨੂੰ ਮਿੰਟ ਨਹੀਂ ਲੱਗਣਾ। ਲੱਗਣਗੇ ਨਹੀਂ ਫਰ, ਹੈ ਮੁੰਡਾ ਤੇਰਾ ਨਹੀਂ ਉਹਨੂੰ ਮਹੀਨਾ ਮਹੀਨਾ ਬੁਲਾਉਂਦਾ, ਹੈ ਦੋ ਮਹੀਨੇ ਘਰੇ ਨਹੀਂ ਵੜਦਾ, ਬਾਹਰ ਨਿਕਲ ਜਾਂਦਾ, ਲੱਗੂਗੀ ਫਰ। ਹੋਰ ਕੀ ਹੁੰਦਾ, ਕਿਹੜਾ ਬੰਦਾ ਆਪਣੀ ਜਨਾਨੀ ਨੂੰ ਚਾਰ ਚਾਰ ਮਹੀਨੇ ਬੁਲਾਉਂਦਾ ਨਹੀਂ? ਤੂੰ ਵੀ ਤਾਂ ਇੱਦਾਂ ਦਾ ਹੀ ਆ, ਤੂੰ ਕਿਹੜਾ ਬੁਲਾਉਣਾ? ਉੱਦਾਂ ਕਹਿ ਦਿੰਦਾ ਹੈ ਵੀ ਜਵਾਕ ਘਰ ਨਾ ਹੁਣ, ਘਰ ਨਾ ਹੁਣ, ਅੱਜ ਘਰ ਹੈ ਨਹੀਂ, ਜਵਾਕ ਤਾਂ ਪੁੱਠੀਆਂ ਗੱਲਾਂ ਕਰੀ ਜਾਂਦਾ। ਵੀ ਬੰਦਾ ਮਾੜਾ ਮੋਟਾ ਆਪਣੀ ਜਨਾਨੀ ਨਾਲ ਵੀ ਦੁੱਖ ਸੁੱਖ ਕਰ ਲਵੇ, ਦੁੱਖ ਸੁੱਖ ਕਰੀਦਾ ਬੰਦੇ ਨਾਲ, ਜਨਾਨੀ ਨੇ ਇੱਕ ਦੂਜੇ ਨਾਲ ਦੁੱਖ ਸੁੱਖ ਕਰਾ ਚੰਗੀ ਭਰੀ ਰਹੇਗੀ ਆ ਤੂੰ। ਤੂੰ ਕਿਹੜਾ ਜਵਾਕ ਆ, ਤੈਨੂੰ ਪਤਾ ਨਹੀਂ ਵੀ ਕਿਹੜਾ ਦੁੱਖ ਸੁੱਖ ਕਰਨਾ। ਹੋਰੇ ਮੇਰੇ ਸਲਦੀ ਚਾਵਲਾ ਮਰੀ ਦੇ ਸਿਖਰ ਦੁਪਹਿਰੇ ਹੈ ਸ਼ੰਗ ਸ਼ਰਮ ਕਰ ਲੈ, ਮਾੜੀ ਮੋਟੀ ਲੋਕ ਕੋਠੇ ਚੜ੍ਹ ਚੜ੍ਹ ਦੇਖਦੇ ਨੇ। ਆਹੋ ਜਦੋਂ ਗਾਲਾਂ ਕੱਢਦਾ ਉਦੋਂ ਨਹੀਂ ਲੋਕ ਹੈ ਕੋਠੇ ਚੜ੍ਹ ਚੜ੍ਹ ਦੇਖਦੇ, ਹੁਣ ਜੇ ਮਾੜੀ ਮੋਟੀ ਮੈਂ ਪਿਆਰ ਦੀ ਗੱਲ ਕੀਤੀ ਆ, ਪਿਆਰ ਮੁਹੱਬਤ ਦੀ, ਤਾਂ ਲੋਕ ਕੋਠੇ ਚੜ੍ਹ ਚੜ੍ਹ ਦੇਖਦੇ। ਟਾਈਮ ਹੁੰਦਾ ਮੋਹ ਮੁਹੱਬਤ ਦੀ ਗੱਲ ਕਰਦਾ, ਹਨੇਰੇ ਸਵੇਰੇ ਹੁੰਦਾ, ਕੋਈ ਲੁੱਕਾ ਛੁੱਪੀ 'ਚ ਹੁੰਦਾ। ਤੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਮੋਹ ਮੁਹੱਬਤ ਦੀਆਂ ਗੱਲਾਂ ਕਰਨ ਵਾਲਾ, ਤੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਮੇਰੇ ਵਾਸਤੇ। ਹੈਂ, ਬੰਦਾ ਜਿੰਨਾ ਮਰਜ਼ੀ ਮਾੜਾ ਹੋਵੇ, ਦਾਰੂ ਪੀਂਦਾ ਹੋਵੇ, ਜੋ ਮਰਜ਼ੀ ਖਾਂਦਾ ਹੋਵੇ, ਜਨਾਨੀ ਦੇ ਦਿਲ 'ਚ ਥੋੜ੍ਹੀ ਜਾਂਦਾ। ਜਨਾਨੀ ਤਾਂ ਫਿਰ ਬੰਦੇ ਕੋਲ ਆਉਣਾ ਲੋਚਦੀ ਆ ਵੀ ਭਾਈ ਮੇਰਾ ਬੰਦਾ ਆ, ਦੁੱਖ ਸੁੱਖ ਕਰੇ ਮੇਰੇ ਨਾਲ। ਦਰਦ ਹੋ ਜਾਂਦਾ ਕੱਲ ਦਾ, ਤੇਰੇ ਕਿੱਥੇ ਦਰਦ ਹੋਈ ਜਾਂਦਾ, ਲਿਆ ਲੱਤਾਂ ਘੁੱਟ ਦਵਾਂ ਤੇਰੀਆਂ। ਰਹਿਣ ਦੇ ਟੁੱਟਣਗੀਆਂ ਲੱਤਾਂ ਤੋਂ, ਲਿਆ ਮਾਲਿਸ਼ ਜੇ ਕਰ ਦਿੰਦੀ ਸਿਰ ਦੀ ਤਾਂ ਨਾਲੇ ਲੱਤਾਂ ਦੀ। ਮੈਂ ਬੂਥੜ ਤੇ ਮਰੂ, ਮੇਰੇ ਸਿਰ ਦੇ ਜਮੀ ਸੰਗ ਤਲੀ ਜਾਂਦੀ ਤੂੰ ਹੈ। ਇੱਥੇ ਕਿਹੜਾ ਤੀਜਾ ਬੰਦਾ ਸੁਣਦਾ, ਇੱਥੇ ਕਿਹੜੀ ਬਣੀਆਂ ਆਸਕੀਆਂ ਦੀ। ਅੱਛਾ, ਤੀਵੀਂ ਆਦਮੀ ਦੇ ਪਿਆਰ ਨੂੰ ਆਸ਼ਕੀ ਕਹਿੰਦਾ ਹੈ? ਮੈਨੂੰ ਨਹੀਂ ਆਉਂਦਾ। ਨਹੀਂ, ਮੈਂ ਕਿ ਕਿਸੇ ਹੋਰ ਬੰਦੇ ਨੂੰ ਕਹਿਣਾ ਵੀ ਮੇਰੇ ਨਾਲ ਪਿਆਰ ਮੁਹੱਬਤ ਕਰ ਲੈ, ਮੈਂ ਕਿਹੜਾ ਕੋਈ ਹੋਰ ਖਸਮ ਰੱਖਿਆ ਹੋਇਆ ਵੀ ਮੈਂ ਥਾਂ ਥਾਂ ਮੂੰਹ ਮਾਰਦੀ ਫਿਰਦੀ ਹਾਂ, ਮੇਰਾ ਤਾਂ ਤੂੰ ਹੀ ਆ ਸਭ ਕੁਛ। ਚੱਲ ਛੱਡ, ਮੈਂ ਕਾਹਨੂੰ ਤੇਰੇ ਨਾਲ ਸਿਰ ਪਕਾਈ ਕਰੀ ਜਾਂਦੀ ਹਾਂ। ਮੈਂ ਤਾਂ ਤੈਨੂੰ ਇਹ ਕਹਿੰਦੀ ਸੀ, ਮੈਂ ਹਾਂ ਚੱਲ ਜਵਾਕ ਜਿਹੀ ਦੀ ਗੱਡੀ ਦੇ ਦਿੰਦੇ ਹਾਂ, ਦੇਖ ਲੈ ਕੁੜੀ ਨਾਲ ਬੈਰ ਪਊਗਾ ਆਪਣਾ, ਜਵਾਈ ਨੂੰ ਪਤਾ ਲੱਗ ਗਿਆ। ਕਿਉਂ ਦੇ ਦੇਣਾ ਗੱਡੀ, ਜਿਹੜਾ 35 ਲੱਖ ਰੁਪਏ ਦੇਣਾ ਉਹ ਕਿੱਥੋਂ ਦੇਊਂਗਾ ਮੈਂ? ਤੇ ਹੁਣ ਵੀ ਲੋਕ ਕੋਠਿਆਂ ਦੇ ਚੜ ਚੜ ਦੇਖਦੇ, ਕਿੰਨਾ ਉੱਚੀ ਬੋਲ, ਲੋਹਾ ਵੇਚ ਕੀ ਦੇਊਂਗਾ? ਕਾਨੂੰ ਜਵਾਕ ਨੇ ਮਸਾ ਤਾਂ ਬਣਾਈ ਹੈ, ਮਸਾ ਬਣਾਈ ਹੈ, ਨਾਲੇ ਹੋਰ ਫੁੱਦੂ ਬਣਾਉਣ ਨੂੰ ਮਹੀ ਮਿਲਿਆ ਸੀ ਹੈ। ਤੂੰ ਤਾਂ ਉਹੀ ਅੱਗੇ ਕਹਿੰਦਾ ਨਾਨੇ ਤੈਨੂੰ ਦੁੱਗਣੇ ਕਰਕੇ ਦੇ ਦੂੰਗਾ। ਦੁੱਗਣੇ ਕੀ ਦੇਣੇ, ਮੇਰੇ ਸਾਲੇ ਮੂਲ ਬਣੀ ਮੋੜਿਆ ਜਿਹੜੇ ਦਿੱਤੇ ਸੀ। ਚੱਲ ਮੋੜ ਦਊਗਾ, ਰਿਸ਼ਤੇਦਾਰ 'ਚੋਂ ਮੈਂ ਨੀਵਾਂ ਚੁਕਾਤਾ, ਕੁੜੀ ਕੁੜੀਓ ਮੈਂ ਨੀਵਾਂ ਚੁਕਾਤਾ, ਫੇ ਆਪਣੀ ਕੁੜੀ ਵੱਲੋਂ ਵੀ ਨੀਵਾਂ ਹੋ ਜਾਵਾਂਗੇ ਜੇ ਗੱਡੀ ਉਹਨਾਂ ਦੀ ਰੱਖ ਲਈ। ਤੂੰ ਗੱਡੀ ਤਾਂ ਮੋੜ ਦੇ, ਆਪੀ ਦੇ ਕੇ ਜਾਊਗਾ ਜਦੋਂ ਫਸਿਆ ਹੋਇਆ ਖੜੀ ਹੋਈ ਪਦੀ ਬਣਾਓ ਇੱਥੇ ਹੈ। ਸਭ ਨੇ ਪੈਸੇ ਦੇ ਕੋਲੇ ਐਵੇਂ ਸਾਲਾ ਚਾਤਰ ਬਣਦਾ ਫਿਰਦਾ ਉਹ, ਜੇ ਹੁੰਦੇ ਤਾਂ ਗੱਡੀ ਕਾਹਨੂੰ ਖੜੀ ਕਰਕੇ ਜਾਂਦਾ। ਆ 20-20 ਲੱਖ ਦੇ ਕਿੱਥੋਂ ਆ ਗਿਆ ਹੈ? ਕਰੇਗਾ ਹੁਣ ਪੂਰਾ ਮੋਹ ਮੁਹੱਬਤ ਦੀ ਗੱਲ ਕਿ ਨਹੀਂ? ਮੈਂ ਨਹੀਂ ਕਰਦਾ ਹੈਗਾ। ਆਹੋ, ਮੈਨੂੰ ਤਾਂ ਇਕੱਲੀ ਨੂੰ ਰੋਟੀ ਬਣਾਉਣ ਵਾਸਤੇ ਰੱਖਿਆ ਤੁਹਾਡੇ ਬੱਬਰ ਭਰਨ ਨੂੰ,
ਨੌਕਰਾਣੀ ਜੂ ਹੈਗੀ ਤੁਹਾਨੂੰ ਫਰੀ ਦੀ ਮਿਲੀ ਓ, ਤੂੰ ਕਾਹਨੂੰ ਇੰਨਾ ਦੁੱਖ ਸੁੱਖ ਕਰਨਾ, ਤਾਂ ਹੀ ਨਹੀਂ ਲੋਨ ਪਾਉਣ ਨੂੰ ਵੀ ਦਿਲ ਕਰਦਾ ਜਦ ਬੰਦਾ ਹੀ ਨਹੀਂ ਪੁੱਛਦਾ। ਚੱਲ ਮੈਂ ਕਾਹਨੂੰ ਐਵੇਂ ਤੇ ਨਵਾਂ ਜਪਾਈ ਕਰੀ ਜਾਂਦੀ ਹਾਂ। ਲੈ ਆ ਛੋਟੀ ਭਾਬੀ ਦਾ ਫੋਨ ਆਇਆ ਸੀ, ਸੁਣ ਲਾ, ਮੇਰੇ ਤਾਏ ਦਾ ਪੋਤਾ ਆਪਣੀ ਸਾਲੀ ਕੱਢ ਕੇ ਲੈ ਗਿਆ, ਜਮਾਂ ਹੀ ਸ਼ਰਮ ਨਹੀਂ ਆਈ। ਸ਼ਰਮ ਵਾਲੀ ਕੀ ਗੱਲ ਹੈ, ਹੋਊਗੀ ਭਾਈ ਮਜਬੂਰੀ ਕੋਈ ਬੰਦੇ ਦੀ, ਕਿਹਦਾ ਜੀ ਕਰਦਾ ਹੈ ਕੋਈ ਕਰਨ ਨੂੰ। ਅੱਛਾ ਤੀਵੀਂ ਕੱਢਣ ਨੂੰ ਕਾਹਦੀ ਮਜਬੂਰੀ ਹੈ, 100 ਮਜਬੂਰੀਆਂ ਹੁੰਦੀਆਂ ਨੇ ਬੰਦੇ ਦੀਆਂ, ਕਾਹਦੀ ਮਜਬੂਰੀ, ਤੀਵੀਂ ਕੱਢਣ ਦੀ ਕਾਹਦੀ ਮਜਬੂਰੀ। ਉਹ ਤਾਂ ਵਿਚਾਰੀ ਮੇਰੇ ਤਾਏ ਦੀ ਪੋਤ ਨਾ ਚੰਗੀ ਆ, ਕਿਤੇ ਮੇਰੇ ਵਰਗੀ ਜਨਾਨੀ ਹੁੰਦੀ ਨਾ ਖਾਖਾ ਨਾ ਪਾੜ ਦਿੰਦੀ, ਦਾਤੀ ਲੈ ਕੇ ਸਭ ਕੁਛ ਵੱਢ ਨਾ ਦਿੰਦੀ ਬੰਦੇ ਦਾ, ਜੇ ਹੱਦਾ ਮੇਰਾ ਬੰਦਾ ਕਰਦਾ। ਹਾਂ ਇੱਦਾਂ ਦੇ ਬੰਦਿਆਂ ਦੇ ਮਾੜੇ ਹਾਲ ਹੁੰਦੇ ਆ, ਜਿਹੜੇ ਦੂਜੇ ਜਨਾਨੀਆਂ ਜਾਂ ਬੰਦੇ ਦੂਜੀਆਂ ਜਨਾਨੀਆਂ ਬੰਦਿਆਂ ਕੋਲ ਖੇਹ ਖਾਂਦੇ ਫਿਰਦੇ ਆ, ਕੀੜੇ ਵੀ ਉੱਥੇ ਪੈਂਦੇ ਆ ਜਿੱਥੋਂ ਡਾਕਟਰ ਕੱਢਣ ਲੱਗਾ ਵੀ ਸੰਗ ਸ਼ਰਮ ਕਰੂਗਾ, ਬੰਦਾ ਦੱਸਣ ਲੱਗਾ ਕਰੂ ਡਾਕਟਰ ਕੱਢਣ ਲੱਗਾ ਕਰੂ, ਕੀੜੇ ਵੀ ਇੱਦਾਂ ਦੀ ਥਾਂ ਤੇ ਪੈਂਦੇ ਆ। ਮਜਬੂਰੀ ਹੁੰਦੀ ਆ ਕਿ ਬੰਦੇ ਦੀ, ਮਜਬੂਰੀ ਬੰਦੇ ਦੀ ਉੱਥੇ ਜਨਾਨੀਆਂ ਦੀ ਮਜਬੂਰੀ ਨਹੀਂ। ਮੈਂ ਕਹਿੰਦੀ ਕਿਆ ਪੈ ਜਾਣ ਕੀੜੇ ਇੱਦਾਂ ਦੇ ਬੰਦਿਆਂ ਦੇ ਜਿਹੜੇ ਲੋਕਾਂ ਦੀਆਂ ਜਨਾਨੀਆਂ ਮਗਰ ਤੁਰੇ ਫਿਰਦੇ ਆ। ਆਹ ਚੱਲ ਮਾਰਦਾ ਭਾਂਡੇ ਚੱਕ ਚੱਕ ਕੇ ਖਾ ਕੇ ਰੋਟੀ, ਚੰਗਾ ਮੈਂ ਤਾਂ ਸੰਨੀ ਕਰਾਂ ਪਸ਼ੂਆਂ ਨੂੰ, ਤੂੜੀ ਕੱਢਾਂ। ਹੋਰ ਅੰਨੀ ਇੱਧਰ ਕਿੱਧਰ ਚਲੀ ਜਾਂਦੀ, ਕੀ ਗੱਲ ਕੀ ਗੱਲ ਹੋ ਗਈ ਹੁਣ? ਕੁਛ ਨਹੀਂ ਹੋਇਆ, ਮਾਪੀ ਪਾ ਦੇਣਾ ਤੂੜੀ। ਤੂੰ ਤਾਂ ਕੋ ਮੇਰੇ ਨਾਲ ਗੱਲਬਾਤ ਕਰਨੀ ਨਹੀਂ, ਮੈਂ ਹੁਣ ਡੰਗਰਾਂ ਦਾ ਕੰਮ ਤਾਂ ਕਰਨਾ ਹੀ ਆ। ਓਏ ਡੰਗਰ ਦੀ ਰੀਂ ਜੀ ਚੜ ਜੂ ਤੇਰੇ ਨੱਕ ਨੂੰ, ਅੰਦਰ ਧੂੜ ਜੀ ਉੜਦੀ ਹੈ, ਰਹਿਣ ਦੇ ਤੂੰ, ਮਾਪੀ ਪਾ ਦੂ, ਸੁਣੀ ਸੁਣੀ ਆਪੀ ਕਰ ਦੂੰ ਮੈਂ। ਲੈ ਦੱਸ ਤੈਨੂੰ ਬੜਾ ਫਿਕਰ ਆ ਵੀ ਮੇਰੇ ਨੱਕ ਮੂੰਹ ਤੂੜੀ ਚੜ ਜੂਗੀ। ਉਹ ਫਿਰ ਸਾਹ ਦੀ ਬਿਮਾਰੀ ਹੋ ਜੂਗੀ, ਦਵਾਈ ਲੈਂਦੀ ਫਿਰੇਗੀ। ਸਾਹ ਤਾਂ ਤੈਨੂੰ ਔਖਾ ਔਖਾ ਦਾ, ਮੈਨੂੰ ਕਾਹਨੂੰ ਸਾਹ ਦੀ ਬਿਮਾਰੀ ਹੋਊਗੀ। ਮੈਂ ਕਰਦਾ ਸੰਨੀ ਆਈ ਆ, ਤੂੰ ਇੰਨੇ ਬਣਾ ਲਿਆ ਕਰੜੀ ਚਾਹ, ਫਿਰ ਡਬ ਰੋਟੀ ਦੋਨੇ ਬਲ ਭਿਉਂ ਭਿਉਂ ਕੇ ਖਾਵਾਂਗੇ ਚਾਹ 'ਚ, ਮੈਂ ਡਬ ਰੋਟੀ ਲਿਆਉਂਗਾ। ਹੈ ਅੱਛਾ ਬਾਹਰ ਘਾਸ ਤੋਂ ਲਾ ਲਿਆ, ਕੀ ਤੂੰ ਸਾਰਾ ਦਿਨ ਮੋਬਾਈਲ 'ਚ ਬੜਾ ਰਹਿਣਾ ਹੋਵੇ, ਨਵਾਂ ਫੋਨ ਕਦੋਂ ਲੈ ਲੈਣਾ ਹੋਵੇ? ਇਹ ਤਾਂ ਮੈਂ ਹੁਣੀ ਖਰੀਦਿਆ ਹੈਗਾ, ਹਜੇ 1X ਬੈਠ ਦੇ ਵਿੱਚ ਗੇਮਾਂ ਖੇਡ ਖੇਡ ਕੇ, ਬਹੁਤ ਮਜ਼ੇਦਾਰ ਗੇਮਾਂ ਨੇ ਇਹਦੇ 'ਚ। ਅੱਛਾ ਕਿਹੜੀ ਕਿਹੜੀ ਗੇਮਾਂ ਨੇ 'ਚ? ਆਹ ਦੇਖ ਤੈਨੂੰ ਮੈਂ ਦੱਸਣਾ, 1X ਬੈਟ ਦੇ ਵਿੱਚ ਤੂੰ ਫੁੱਟਬਾਲ ਦੇ ਕ੍ਰਿਕਟ ਦੇ ਮੈਚਾਂ ਨੂੰ ਪ੍ਰੈਡਿਕਸ਼ਨ ਕਰ ਕਰਕੇ ਪੈਸੇ ਕਮਾ ਸਕਦਾ ਹੈ, ਇਹਦੇ 'ਚ ਲਾਈਵ ਕਸੀਨੋ ਵੀ ਹੈ, 1X ਗੇਮਾਂ ਖੇਡ ਖੇਡ ਕੇ ਪੈਸੇ ਕਮਾ ਸਕਦਾ ਹੈ, ਅਤੇ ਮੇਰੀ ਇਹ 'ਚ ਸਭ ਤੋਂ ਫੇਵਰੇਟ ਹੈ 1X ਗੇਮ। 1X ਗੇਮ ਦੇ ਵਿੱਚ ਤੂੰ ਢੇਰ ਸਾਰਾ ਪੈਸਾ ਕਮਾ ਸਕਦਾ, ਜਿਵੇਂ ਕਿ ਇਹਦੇ ਵਿੱਚ ਗੇਮਾਂ ਆ ਜਾਂਦੀਆਂ ਨੇ ਕ੍ਰੈਸ਼, ਡਾਈਸ, ਹੋਰ ਵੀ ਬਹੁਤ ਸਾਰੀਆਂ, ਪਰ ਮੇਰੀ ਇਹ 'ਚ ਸਾਰਿਆਂ ਨੂੰ ਫੇਵਰੇਟ ਆ ਹੈਗੀ ਅੰਡਰ ਐਂਡ ਓਵਰ 7। ਅੱਛਾ ਕਿਵੇਂ ਖੇਡਦੇ ਨੇ ਗੇਮਾਂ ਇਹ? ਚੱਲ ਤੈਨੂੰ ਮੈਂ ਸਿਖਾਉਣਾ, ਇਹਦੇ ਵਿੱਚ 2 ਡਾਈਸ ਰੋਲ ਹੁੰਦੇ ਨੇ, ਇਹਦੇ 'ਚ ਆਪਾਂ ਨੇ ਗੈਸ ਕਰਨਾ ਹੁੰਦਾ ਵੀ ਅੰਡਰ 7 ਜਾਊਗਾ, ਓਵਰ 7 ਜਾਊਗਾ ਜਾਂ ਇਕੁਅਲ 7 ਜਾਊਗਾ, ਜੇ ਆਪਣਾ ਗੈਸ ਮੈਚ ਸਹੀ ਹੋਇਆ ਤਾਂ ਆਪਾਂ ਜਿੱਤ ਜਾਊਗਾ। ਜੇ ਤੁਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਰੈਫਰਲ ਕਰੋ ਮੇਰੇ ਦਿੱਤੇ ਗਏ ਲਿੰਕ ਤੋਂ, ਲਿੰਕ ਨੀਚੇ ਕਮੈਂਟ ਪਿੰਨ ਦੇ ਵਿੱਚ ਹੈ, ਜਾਂ ਫਿਰ ਤੁਸੀਂ QR ਕੋਡ ਸਕੈਨ ਕਰ ਸਕਦੇ ਹੋ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਹੈ, ਤਾਂ ਯੂਜ਼ ਕਰੋ ਮੇਰਾ ਪ੍ਰੋਮੋ ਕੋਡ 16900 ਦਾ ਬੋਨਸ ਲੈਣ ਲਈ। ਸੋ ਲੈਟਸ 1X ਬੈਟ, ਛੇਤੀ ਕਰੋ ਤੇ ਹੁਣ ਲਓ ਫਿਲਮ ਲਾਉਣੀ ਹੈ।
ਚੱਕੀ ਹੈ ਚੱਕੂ। ਇਹ ਕੀ ਦਾ ਅਨਨੋਨ ਜਿਹਾ ਨੰਬਰ? ਹੈਲੋ। ਹਾਂ ਹੈਲੋ ਮਨਪ੍ਰੀਤ, ਕਿਵੇਂ ਆ ਤੂੰ? ਬੋਲਦੀ ਦੇਖ ਕਿਵੇਂ ਆ ਤੂੰ? ਤੁਸੀਂ ਨਹੀਂ ਕਹਿ ਸਕਦੀ? ਤੈਨੂੰ ਬਥੇਰਾ ਤੁਸੀਂ ਤੁਸੀਂ ਕਹਿ ਕੇ ਵੇਖਿਆ ਮੈਂ। ਤੇਰੀ ਅਸਲੀ ਕਰਤੂਤ ਨਾ ਤੂੰ ਵਾਲੀ ਹੋਈ ਹੈ ਤੇ ਤੂੰ ਤੂੰ ਤੇ ਹੀ ਆ ਗਿਆ। ਯਾਰ ਸਾਰੇ ਕਿਤੋਂ ਬਲੌਕ ਕਿਉਂ ਕਰ ਰੱਖਿਆ ਤੈਂ? ਮੈਂ ਤੈਨੂੰ ਘਰੋਂ ਦਾ ਫੋਨ ਟਰਾਈ ਕਰੀ ਨਾ, ਸਭ ਕਿਤੋਂ ਬਲੌਕ ਹੈ। ਮੈਂ ਨਵਾਂ ਨੰਬਰ ਲੈ ਕੇ ਟਰਾਈ ਕਰਿਆ ਅੱਜ ਫੋਨ। ਅੱਛਾ, 10 ਦਿਨਾਂ ਬਾਅਦ ਤੈਨੂੰ ਮੇਰੀ ਯਾਦ ਆ ਗਈ। ਯਾਰ ਹੁਣ ਮੈਂ ਤੈਨੂੰ ਕੰਟੈਕਟ ਕਿਵੇਂ ਕਰਾਂ ਯਾਰ? ਸਾਰੇ ਕਿਤੋਂ ਤਾਂ ਬਲੌਕ ਆ। ਸਨੈਪਚੈਟ ਤੇ ਉਹ ਕਰੀਆਂ ਨੇ, ਇੰਸਟਾਗ੍ਰਾਮ ਤੇ ਉਹ ਕਰੀਆਂ ਨਾ। ਜਿਵੇਂ ਅੱਜ ਨਵਾਂ ਨੰਬਰ ਲੈ ਕੇ ਕੀਤਾ, ਉਵੇਂ 10 ਦਿਨ ਪਹਿਲਾਂ ਨਹੀਂ ਤੈਨੂੰ ਪਤਾ ਸੀ ਮੈਂ ਨਵਾਂ ਨੰਬਰ ਲੈਣਾ? ਯਾਰ ਨੰਬਰ ਮਿਲਿਆ ਨਹੀਂ ਹੈਗਾ ਚਲੋ ਮੈਨੂੰ ਪਹਿਲਾਂ। ਮਿਲਣਾ ਵੀ ਕਿਉਂ ਸੀ? ਪਤਾ ਨਹੀਂ ਆਪਦੇ ਪ੍ਰੂਫਾਂ ਤੇ ਕਿੰਨੀਆਂ ਕੁ ਸਹੇਲੀਆਂ ਨੂੰ ਸਿਮ ਲੈ ਲੈ ਦਿੱਤੇ ਆ। ਓਏ ਯਾਰ ਹਰ ਟਾਈਮ ਸ਼ੱਕ, ਹਰ ਟਾਈਮ ਸ਼ੱਕ ਯਾਰ। ਸੌਰੀ, ਹੁਣ ਪਲੀਜ਼ ਗੱਲ ਤਾਂ ਕਰ ਲੈ ਯਾਰ ਇੱਕ ਵਾਰੀ ਚੱਜ ਨਾਲ। ਕੀ ਗੱਲ ਕਰਾਂ? ਗੱਲ ਕਰਨ ਵਾਲੀ ਰਹਿ ਕੀ ਗਈ, ਮੈਨੂੰ ਇਹ ਦੱਸ ਦੇ। ਯਾਰ ਕਿਉਂ ਨਹੀਂ ਰਹੀ ਹੈਗੀ? ਪਲੀਜ਼ ਗੱਲ ਸੁਣ ਮੇਰੀ, ਸਭ ਕੁਝ ਸਹੀ ਹੋ ਜਾਊਗਾ। ਗੱਲ ਤਾਂ ਸਮਝ ਲੈ ਇੱਕ ਵਾਰੀ। ਹੋਣਾ ਕੀ ਹੈ ਸਹੀ, ਜਦੋਂ ਸਹੀ ਤੂੰ ਕਰਨਾ ਹੀ ਨਹੀਂ ਚਾਹੁੰਦਾ ਨਾ। ਵੈਲੈਂਟਾਈਨ ਵੀਕ ਸੀ, ਕਿੰਨਾ ਕੁ ਤੂੰ ਮੈਨੂੰ ਵਿਸ਼ ਕਰਤੀ? ਵਿਸ਼ ਕਰਾਂ ਵੀ ਕਿੱਥੋਂ ਯਾਰ, ਤੂੰ ਆਪਣਾ ਇੰਸਟਾਗ੍ਰਾਮ ਖੋਲ ਕੇ ਦੇਖ ਕਿੰਨੀਆਂ ਵਿਸ਼ਾਂ ਕਰੀਆਂ ਪਈਆਂ ਨੇ, ਕਿੰਨੀਆਂ ਸਟੋਰੀਆਂ ਪਈਆਂ ਹੋਈਆਂ ਨੇ ਤੇਰੀਆਂ। ਤੂੰ ਤਾਂ ਬਸ ਮਨਪ੍ਰੀਤ ਨਾ, ਤੂੰ ਤਾਂ ਮਨਪ੍ਰੀਤ ਮਾਰਤੀ ਵੀ ਹੈ ਨਹੀਂ। ਮਨਪ੍ਰੀਤ ਨਾਮ ਦੀ ਕੁੜੀ ਮੇਰੀ ਲਾਈਫ 'ਚ ਨਾ, ਬੰਦਾ ਆਪ ਰੈੱਡ ਰੋਜ਼ ਲਿਆ ਕੇ ਕਮਰੇ 'ਚ ਰੱਖ ਲੈਂਦਾ, ਆਪ ਟੈਡੀ ਲਿਆ ਕੇ ਮੇਰੀ ਯਾਦ 'ਚ ਰੱਖ ਲੈਂਦਾ, ਚੋਕਲੇਟ ਲਿਆ ਕੇ ਖਾ ਲੈਂਦਾ, ਪਰ ਨਾ। ਉਹ ਯਾਰ ਕਿੱਥੇ ਮਾਰਤੀ ਯਾਰ, ਹੁਣ ਮੈਂ ਸਾਰਾ ਕੁਝ ਤੈਨੂੰ ਭੇਜਿਆ ਹੋਇਆ, ਤੂੰ ਜੇ ਤੂੰ ਮੈਨੂੰ ਬਲੌਕ ਕਰ ਰੱਖਿਆ ਸਾਰ ਕੋ ਤਾਂ ਕਿਵੇਂ ਯਾਰ? ਅਸਲ 'ਚ ਹਰਮਨ ਗੱਲ ਪਤਾ ਕੀ ਆ, ਗੱਲ ਪਤਾ ਕੀ, ਵੈਲੈਂਟਾਈਨ 'ਤੇ ਮੈਂ ਆਹ ਸ਼ੋਸ਼ੇਬਾਜ਼ੀਆਂ ਨਾ ਕਰਦੀ ਨਹੀਂ। ਮੈਂ ਤੇਰੇ ਨਾਲ ਕਿਤੇ ਜਾਣਾ ਨਹੀਂ ਸੀ ਅਤੇ ਤੂੰ ਲੈ ਕੇ ਜਾਣਾ ਸੀ ਉਹ ਆਪਦੀ ਚੂਹੀ ਮੋਈ ਨੂੰ, ਉਹਦੇ ਨਾਲ ਤੇਰਾ ਵੈਲੈਂਟਾਈਨ ਵੀਕ ਵਧੀਆ ਲੰਘ ਗਿਆ। ਆਪਦਾ ਤੂੰ ਜਿਹੜਾ ਜਗਾੜ ਕਰਨਾ ਸੀ ਆਪਦਾ ਕੀਤਾ, ਬਸ ਹੁਣ ਮਨ ਫਿਰ ਯਾਦ ਆ ਗਈ। ਹਾਂ ਮੇਰੀ ਤਾਂ ਬਕਵਾਸ ਲੱਗਦੀ ਆ, ਮੈਂ ਸੱਚਾ ਬੋਲਦੀ ਹਾਂ ਨਾ, ਮੇਰੀ ਬਕਵਾਸ ਲੱਗਦੀ ਆ। ਕਿਤੇ ਕੋਈ ਵੈਲੈਂਟਾਈਨ ਨਹੀਂ ਮਨਾਇਆ ਹੈਗਾ ਮੈਂ। ਬਸ ਕਰ ਓਏ ਬਸ ਕਰ, ਜਾਣਦੀ ਆ ਮੈਂ ਤੈਨੂੰ ਚੰਗੀ ਤਰ੍ਹਾਂ, ਕੋਈ ਭੁੱਲੀ ਨਹੀਂ ਮੈਂ ਤੇਰੀਆਂ ਹਰਕਤਾਂ। ਓ ਯਾਰ ਮਨਪ੍ਰੀਤ ਯਾਰ, ਬਹਿ ਕੇ ਗੱਲ ਕਰ ਲੈ ਇੱਕ ਵਾਰੀ, ਸਭ ਕੁਝ ਸਹੀ ਹੋ ਜਾਊਗਾ। ਤੂੰ ਬਹਿਣ ਦੀ ਗੱਲ ਕਰਦਾ, ਮੈਂ ਤਾਂ ਤੇਰੀ ਸ਼ਕਲ ਦੇਖਣਾ ਨਹੀਂ ਪਸੰਦ ਕਰਦੀ ਹੁਣ। ਯਾਰ ਮੈਨੂੰ ਤੂੰ ਇਹ ਦੱਸ, ਤੈਨੂੰ ਪ੍ਰੂਫ ਕੀ ਚਾਹੀਦਾ ਯਾਰ? ਮੈਨੂੰ ਤੂੰ ਕਿਵੇਂ ਮਾਫ ਕਰੇਂਗੀ? ਮੈਂ ਤਾਂ ਇੱਕ ਸ਼ਰਤ 'ਤੇ ਤੇਰੇ ਕੋਲ ਆਉਣਾ ਅਤੇ ਇੱਕ ਸ਼ਰਤ 'ਤੇ ਤੇਰੇ ਨਾਲ ਗੱਲ ਕਰਨੀ ਆ। ਹਾਂ ਦੱਸ, ਕੋਈ ਗੱਲ ਨਹੀਂ, ਮੈਂ ਤੇਰੀ ਸ਼ਰਤ ਮੰਨ ਲੂੰਗਾ। ਤੇਰਾ ਵਟਸਐਪ, ਤੇਰੀ ਸਨੈਪਚੈਟ ਦੀ ਆਈ ਡੀ, ਤੇਰੀ ਇੰਸਟਾਗ੍ਰਾਮ ਦੀ ਆਈ ਡੀ, ਸਾਰਾ ਕੁਛ ਜਿੰਨਾ ਟਾਈਮ ਸਕੈਨ ਕਰਕੇ ਮੈਂ ਆਪਦੇ ਫੋਨ 'ਚ ਨਹੀਂ ਚਲਾ ਲੈਂਦੀ, ਤੂੰ ਯੂਜ਼ ਨਹੀਂ ਕਰੇਗਾ ਆਪਦਾ ਫੋਨ। ਯਾਰ ਐਂ ਇੰਸਟਾਗ੍ਰਾਮ ਚਲਾਉਣ ਨਾਲ ਕੀ ਹੋ ਜਾਊਗਾ ਦੱਸ? ਲੋਇਲਟੀ ਤਾਂ ਦਿਲ 'ਚ ਹੁੰਦੀ ਆ ਬੰਦੇ ਦੇ। ਉਹ ਤਾਂ ਤੇਰੇ ਦਿਲ 'ਚ ਹੈ ਨਹੀਂ, ਉਹ ਤਾਂ ਮੈਨੂੰ ਪਤਾ ਲੱਗ ਗਿਆ। ਉਹ ਤਾਂ ਸਾਰੀਆਂ ਪ੍ਰਤੀਆਂ ਇੱਕ ਪ੍ਰਤੀ ਥੋੜ੍ਹੀ ਹੈ। ਤੈਨੂੰ ਉਹ ਵੀ ਦਿੱਤਾ ਯਾਰ ਸਾਰਾ ਕੁਛ, ਤੂੰ ਚਲਾ ਲਈ ਜਿਹੜਾ ਕੁਛ ਚਲਾਉਣਾ ਯਾਰ, ਪਰ ਇੱਕ ਵਾਰੀ ਆ ਕੇ ਮਿਲ ਲੈ ਮੈਨੂੰ, ਗੱਲਬਾਤ ਤਾਂ ਕਰ ਲਾ ਕੇ। ਦੱਸ ਕਿੱਥੇ ਆਉਣਾ? ਆ ਜੂੰਗੀ ਕੱਲ ਨੂੰ, ਸਲਾਮ ਆ ਜੀ ਪਲੀਜ਼, ਦੁਪਹਿਰੇ ਜੇ ਆ ਜੀ। ਕੋਈ ਨਹੀਂ ਆ ਜੂੰਗੀ, ਦੇਖ ਲੂੰ ਤੈਨੂੰ ਵੀ ਵੱਡੇ ਸੱਚੇ ਨੂੰ ਮੈਂ। ਪੱਕਾ ਆਏਂਗੀ? ਆਹੋ ਆ ਜੂੰਗੀ। ਮਾਫ ਕਰਤਾ ਹੁਣ? ਮਾਫ ਤਾਂ ਮੈਂ ਤੈਨੂੰ ਰਹਿੰਦੀ ਜ਼ਿੰਦਗੀ ਤੱਕ ਨਹੀਂ ਕਰਦੀ। ਕਰਦੇ ਹੁਣ ਸੱਟ ਹਾਰ ਲੈ। ਮੇਰਾ ਜੀ ਕਰਦਾ ਵੀ ਉਹ ਚੂਹੀ ਮੂੰਹ ਜੀ ਮੇਰੇ ਸਾਹਮਣੇ ਆ ਜੇ, ਸੌ ਰੱਬ ਦੀ ਇੰਨੇ ਜੁੰਡੇ ਪੱਟੂ ਨਾ ਉਹਦਾ ਮੂੰਹ ਹੀ ਮੂੰਹ ਰੰਗੂ, ਮੈਂ ਥਪੜੇ ਮਾਰ ਮਾਰ ਕੇ। ਪੱਟ ਲਈ ਜਿਹੜਾ ਕੁਛ ਪੱਟਣਾ ਹੋਊਗਾ ਉਹਦਾ। ਪਤਾ ਨਹੀਂ ਉਹਨੂੰ ਅਕਲ ਕਿਉਂ ਨਹੀਂ ਆਉਂਦੀ ਗੀ, ਦੁਨੀਆ ਤੇ ਮੁੰਡੇ ਮਰ ਗਏ ਇੱਕ ਤੇਰੇ ਪਿੱਛੇ ਫਿਰਦੀ ਆ ਉਹ। ਚੰਗਾ ਆਏਗੀ ਕੱਲ ਨੂੰ ਮੈਨੂੰ ਐਂ ਦੱਸ? ਚੰਗਾ ਆ ਜੂੰਗੀ। ਓਕੇ ਲਵ ਯੂ ਪੁੱਤ। ਬਸ ਕਰ, ਪਤਾ ਨਹੀਂ ਕਿੰਨੀਆਂ ਕਿ ਨੂੰ ਕਹਿੰਦਾ ਦਿਨ 'ਚ, ਇੱਕ ਨਾਲ ਲਵ ਯੂ ਹੋਵੇ ਤਾਂ ਮੰਨਾ।
ਚੰਗਾ ਯਾਰ ਆ ਜੀ ਚੰਗਾ ਕੱਲ ਨੂੰ ਚੰਗਾ ਚੱਲ ਠੀਕ ਹੈ ਓਕੇ ਬਾਏ ਤੂੰ ਵੀ ਕੀ ਜਾਣੇਗਾ ਹਰਮਨਾ ਤੇਰਾ ਵਾਹ ਕਿਹਦੇ ਨਾਲ ਪਿਆ ਚਾਹ ਤਾਂ ਬਣ ਗਈ ਤੂੰ ਕਿੱਧਰ ਵਗ ਚੱਲਿਆ ਨਵੇਂ ਕੱਪੜੇ ਪਾ ਕੇ ਮੈਂ ਮਰ ਜਾ ਵਪਾਰੀ ਨੂੰ ਪੈਸੇ ਫੜਾਇਆ ਵਾਂ ਡੱਬ ਵਾਲੀ ਦੋ ਮੈਸਾਂ ਦੇਖੀਆਂ ਨੇ ਸਾਡੀਆਂ ਹੈਂ ਭੱਜ ਕੇ ਮੈਸਾਂ ਲਿਆਊਗਾ ਚੜ੍ਹਾ ਲਿਆ ਟੈਂਪੂ 'ਚ ਫਿਰ ਮੈਂ ਆਉਣਾ ਘਰੇ ਨਾਲ ਡੱਬ ਰੋਟੀ ਲਿਆਉਣਾ ਨਾਲੇ ਆਪਾਂ ਮੂੰਹ ਮੁਹੱਬਤ ਦੀਆਂ ਗੱਲਾਂ ਕਰਾਂਗੇ ਨੇ ਚਾਹ ਠੰਡੀ ਕਰ ਤੂੰ ਕਿਤੇ ਮੈਸਾਂ ਵੀ ਹੱਥੋਂ ਲੰਘ ਜਾਣ ਆਪਣੇ ਦੋ ਮੈਸਾਂ ਲਈਆਂ ਨੇ ਆਪਣੇ ਚਲੋ ਠੀਕ ਹੈ ਭਾਈ ਮੁੰਡੇ ਦੀ ਸਮਾਧ ਕੋਲੇ ਖੜ ਜੀ ਪਾਣ ਜਾ ਤੂੰ ਉੱਥੇ ਹਾਂ 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 ਮੈਂ ਤਾਂ ਪਹੁੰਚਦਾ ਮੈਂ ਤਾਂ ਬੱਸ ਉਡੀਕਣ ਲੱਗ ਰਿਹਾ ਬੱਸ ਉਡੀਕਣ ਲੱਗ ਰਿਹਾ ਮੈਂ ਤਾਂ ਆਈ ਨਹੀਂ ਰਹੀ ਬੱਸ ਕਦੋਂ ਦਾ ਹੋਰ ਮੈਨੂੰ ਤਾਂ ਅੱਜ ਵੀ ਲੱਗ ਰਹੀ ਹੈ ਉਹ ਗੱਲ ਦਾ ਖਿਆਲ ਰੱਖੀ ਮਾੜਾ ਜਿਹਾ ਆਪ ਭਾਫ ਨਹੀਂ ਕੱਢਦੇ ਪੂਰੇ ਚਾਚੇ ਹੋਰੀ ਉਹਨਾਂ ਨੂੰ ਨਾ ਦੱਸ ਨਹੀਂ ਕਿਤੇ ਹੁਣ ਕਿੱਥੋਂ ਮੱਥੇ ਲੱਗ ਗਿਆ ਬਾਬਾ ਬੱਸ ਕਦੋਂ ਕਹੂਗੀ ਕਿੱਧਰ ਬੈਠਿਆ ਹੋਏ ਮਤਲਬ ਕੰਮ ਜਿਹਾ ਜਾਂਦਾ ਦੀ ਚਾਚਾ ਮੂਰੀ ਰਿਹਾ ਕਰ ਮੇਰੇ ਹੱਸਾ ਮੇਰੇ ਤਾਂ ਐ ਕੀ ਲੰਘਣੋ ਹਟ ਜੀ ਚਾਚਾ ਹੁਣ ਤੂੰ ਤਾਂ ਥਾਂ ਨਹੀਂ ਕੱਢਣ ਦਿੰਦਾ ਤੂੰ ਤਾਂ ਐਂ ਕਹਿੰਦਾ ਮੇਰੀ ਅੱਖਾਂ ਮੂਰੀ ਨਾ ਆਵੇ ਓਏ ਅੱਖਾਂ ਮੂਰੇ ਕਦੋਂ ਕਿਸੇ ਦਿਨ ਮੈਂ ਕੰਮ ਧੰਦਾ ਕਰ ਲਿਆ ਕਰ ਮਾੜਾ ਮੋਟਾ ਸੀ ਕੰਮ ਹੀ ਜਾਂਦਾ ਅੱਗੇ ਦੇ ਵੇਖ ਲੈ ਕਦੇ ਕਿਤੇ ਕਦੇ ਕਿਤੇ ਸਨਾਮ ਕੰਮ ਜਾਂਦਾ ਸਨਾਮ ਕੀ ਕੰਮ ਜਾਂਦਾ ਹੈਗਾ ਕੰਮ ਕੋਈ ਦੁੱਧ ਸਨਾਮ ਆ ਦੁੱਧ ਨਹੀਂ ਪੁੰਨ ਧਰਮ ਦਾ ਕੰਮ ਕਰਨ ਜਾਂਦਾ ਕਲਾ ਕਰ ਦਿਓ ਪੁੰਨ ਧਰਮ ਦਾ ਕੰਮ ਦੇਹ ਦਾਨ ਲਿਖਿਆ ਕੇ ਆਊਗਾ ਜਬ ਦੀ ਉੱਥੇ ਦੇਹ ਦਾਨ ਕਰੂੰਗਾ ਦੇਹ ਦਾਨ ਸਨਾਮ ਛੋਟੇ ਡੇਰੇ 'ਚ ਲਿਖਿਆ ਕੇ ਆਉਣੀ ਹੈ ਦੇਹ ਕਿਵੇਂ ਦਾ ਦੇਹ ਹੁੰਦੀ ਆ ਜਿਵੇਂ ਹੁਣ ਆਪਾਂ ਬੰਦਾ ਪੂਰਾ ਹੋ ਜਾਂਦੇ ਨੇ ਸਵਾਸ ਸਰੀਰ ਦਾਨ ਕਰਕੇ ਮੈਂ ਹਾਂ ਹੋਰ ਅੱਗ 'ਚ ਵੀ ਲਾਉਣਾ ਹੀ ਹੈ ਸਰੀਰ ਵਧੀਆ ਕਿਸੇ ਦੇ ਕੰਮ ਆਜੂ ਬੰਦੇ ਦੇ ਸਰੀਰ ਕਰਾਉਣਾ ਤੇਰੀ ਦੇਹ ਤੋਰਨੇ ਫੇ ਮਨ ਗੁੱਗ ਤੋਂ ਹੈ ਬੰਦੇ ਦੇ ਸਰੀਰ 'ਚ 100 ਚੀਜ਼ਾਂ ਹੁੰਦੀਆਂ ਨੇ ਕੰਮ ਆਉਣ ਵਾਲੀਆਂ ਗੁਰਦੇ ਕੰਮ ਆਉਂਦੇ ਨੇ ਨੇਤਰ ਕੰਮ ਆਉਂਦੇ ਨੇ ਬੰਦੇ ਮੋਜੋ ਵਾਲੇ ਜਣਾ ਸਿੱਧੇ ਹੀ ਸਿੱਧੇ ਜਾਣਾ ਗਾਹਾਂ ਜਾ ਕੇ ਸੱਜੇ ਪਾਸੇ ਮੁੜ ਜੀ ਕੰਮ ਆਉਂਦੇ ਨੇ ਅੰਗ ਆਪਣੇ ਅੱਖਾਂ ਗੁਰਦੇ ਸਾਰਾ ਕੁਛ ਕੰਮ ਆਉਂਦਾ ਤੇਰਾ ਨਾਂ ਲਿਖਿਆ ਦੀਏ ਰਹਿਣ ਦੇ ਓਏ ਹੈਂ ਰਹਿਣ ਦੇ ਕੰਮ ਆਜੂ ਕਿਸੇ ਦੇ ਰਹਿਣ ਦੇ ਬਸ ਜ਼ਰੂਰੀ ਅੱਗ 'ਚ ਫੂਕਣ ਸਨਾਮ ਜਾਵੇਂਗਾ ਮੈਂ ਤਾਂ ਸਨਾਮ ਜਾਊ ਤੂੰ ਕਿੱਧਰ ਜਾਂਦਾ ਦੀਗਾ ਮੈਂ ਤਾਂ ਕਚਹਿਰੀਆਂ ਜਾ ਕੇ ਆਉਣਾ ਫਿਰ ਮੇਰੇ ਨਾਲ ਹੀ ਬਾਗ ਚੱਲੀ ਇਕੱਠੀ ਚੱਲਦੇ ਹਾਂ ਫਿਰ ਆਪਾਂ ਅੱਜ ਮੈਂ ਤਾਂ ਲਹਿਰੇ ਜਾਊਂਗਾ ਤੇ ਮੈਂ ਸਨਾਮ ਨੂੰ ਫੁਰੂ ਜਾਊਂਗਾ ਹੁੰਦਾ ਲਹਿਰੇ ਕੰਮ ਆ ਕੋਈ ਲਹਿਰੇ ਕੀ ਕੰਮ ਹੈ ਤੈਨੂੰ ਹੋਰ ਹੁਣ ਕਚਹਿਰੀਆਂ ਤਾਂ ਆਪਣੀਆਂ ਸਨਾਮ ਪੈਂਦੀਆਂ ਨੇ ਤੁਸੀਂ ਉਹ ਸਾ ਕੰਮ ਹੁੰਦੇ ਨੇ ਯਾਰ ਲਹਿਰੇ ਨੇ ਬਸ ਨਹੀਂ ਇਹ ਕੀ ਹਲੇ ਆਹ ਕੀ ਹੈਗਾ ਓਏ ਕੁਛ ਮਰਜ਼ੀ ਹੋਵੇ ਤਾਂ ਕੀ ਲੈਣਾ ਯਾਰ ਕੋਈ ਫਰੋੜਾ ਫਰਾਲੀ ਕਰੀ ਜਾਂਦਾ ਫੋਟੋ ਜੀ ਲੱਗਦੀ ਆ ਮੈਨੂੰ ਤਾਂ ਕਿਸੇ ਦੀ ਹੈਗੀ ਆ ਫੋਟੋ ਤੇਰੀ ਮਾਂ ਦਾ ਮਕਲਾਵਾ ਇਹਦਾ ਕਾਗਜ਼ ਨੇ ਮੇਰੀ ਜ਼ਮੀਨ ਦੇ ਜ਼ਰੂਰੀ ਮੈਂ ਉੱਥੇ
ਜਾ ਕੇ ਆਉਣਾ ਕਚਹਿਰੀ ਰਜਿਸਟਰ ਹੋਣੇ ਕੀ ਨੇ ਫਰਦਾ ਫੁਰਦਾ ਨੇ ਆਈਡੀਆਂ ਫਰਦਾ ਨਿਕਲਦੀਆਂ ਨੇ ਹੁਣ ਬਾਦਲ ਦਾ ਮੈਨੂੰ ਪਤਾ ਉਹਦੇ ਲਿਫਾਫਾ ਹੋਰ ਸੀ ਸਟੂਡੀਓ ਲਿਖਿਆ ਹੋਇਆ ਸੀਗਾ ਅੱਜ ਲਿਫਾਫਾ ਹੋਰ ਆ ਹੈਗੀ ਨਜ਼ਾਰਾ ਆ ਖੂੰਜਾ ਦੀਂਦਾ ਯਾਰ ਖੂੰਜਾ ਦੀਂਦਾ ਨਾਲੇ ਹੋਰ ਜਿਉਂਦਾ ਕਿੱਥੇ ਪਾਪ ਲੱਗ ਗਿਆ ਗੱਲ ਬੰਤਾ ਹੀ ਨਹੀਂ ਬਸ ਵਾਲੇ ਲਹਿਰੇ ਵਾਲੀ ਬੱਬੂ ਦੀ ਜਮਾਂਬੰਦੀਆਂ ਨੇ ਮੇਰੀਆਂ ਜ਼ਮੀਨ ਦੀਆਂ ਜਮਾਂਬੰਦੀਆਂ ਨੇ ਦਰੀਆਂ ਵਧੀਆ ਗਲੋਂ ਲਿਆ ਕੋਈ ਅੱਕ ਲੱਗ ਗਿਆ ਦੀ ਬਸ ਤਾਂ ਮੇਰੀ ਪਰਲੇ ਪਾਸੇ ਆਊ ਟਾਕੀ ਤਾਂ ਉਹਦੀ ਪਰਲੇ ਪਾਸੋਂ ਬੜੀ ਲੇਟ ਕਰਤੀ ਬਸ ਕੰਜਰ ਦਿਆਂ ਨੇ ਅੱਜ ਪਤਾ ਨਹੀਂ ਮੈਨੂੰ ਹੀ ਅੱਜ ਵੀ ਹੋ ਰਹੀ ਹੈਗੀ ਊਂ ਵੀ ਨਹੀਂ ਆਉਂਦਾ ਹੱਥ ਦੇ ਕੇ ਚੜ ਗਈ ਜਾਣ ਪਛਾਣ ਵਾਲਾ ਲੈ ਗੱਲਾਂ ਦਾ ਗਲਾਕੜ ਹਜੇ ਤੱਕ ਨਹੀਂ ਆਇਆ ਖੁਰੇ ਕਿਹਦੇ ਨਾਲ ਗੱਲਾਂ ਕਰਨ ਬਹਿ ਗਿਆ ਹੁਣ ਮੈਂ ਇੱਥੇ ਉਡੀਕੀ ਜਾਂਦੀ ਹਾਂ ਇਹਦਾ ਵੀ ਕੁਛ ਨਹੀਂ ਪਤਾ ਲੈ ਕੁੜੇ ਚਾਹ ਤਾਂ ਸਾਰੀ ਠੰਡੀ ਹੋ ਗਈ ਮਲਿਆਈ ਵੀ ਆ ਗਈ ਅਤੇ ਹਜੇ ਤੱਕ ਡਬਲ ਰੋਟੀਆਂ ਲੈ ਕੇ ਨਹੀਂ ਆਇਆ ਇਹਦਾ ਜਮਾਂ ਮੇਰੇ ਮਨ ਪਸੰਦ ਦੀ ਗੱਲ ਹੋ ਗਈ ਅੱਛਾ ਜੀ ਮੈਂ ਕੌਲੇ ਜੀ ਪੀਣਾ ਚਾਹ ਠੰਡੀ ਛੇਤੀ ਹੋ ਜਾਂਦੀ ਆ ਗਲਾਸ ਦਾ ਬੁੱਲ ਮੱਚੀ ਜਾਂਦੇ ਨੇ ਹਾਂਜੀ ਤਾਂ ਹੀ ਪਾ ਕੇ ਦਿੱਤੀ ਸੀ ਹੋਰ ਹੁਣ ਹਾਏ ਕਿੰਨੀ ਸੋਹਣੀ ਫੋਟੋ ਆਈ ਆ ਮੰਮੀ ਮੇਰਾ ਤਾਂ ਇਹ ਜੀ ਕਰਦਾ ਵੀ ਗੱਡ ਕੇ ਨਾ ਇਹਦੇ ਵਿੱਚ ਮੇਖ ਐ ਲੌਬੀ 'ਚ ਟੰਗਦਾ ਸਾਹਮਣੇ ਜਾ ਪਤਾ ਇਹਨੂੰ ਅੰਦਰ ਪੇਟੀ 'ਚ ਰੱਖਿਆ ਤਾਂ ਇਹ ਨਹੀਂ ਕਰਦੇ ਹੁੰਦੇ ਲੈ ਪੇਟੀ ਕਦੋਂ ਰੱਖਣੀ ਆ ਫੋਟੋ ਆਪਾਂ ਨੇ ਇਹਦਾ ਸਾਹਮਣੇ ਲਾਉਣ ਵਾਸਤੇ ਫੋਟੋ ਲੈ ਐਵੇਂ ਕੱਢਿਆ ਕਿੱਥੋਂ ਹੈਂ ਮੈਂ ਕਿਹਾ ਜੀ ਐਵੇਂ ਜੱਗ ਸਹੀ ਹੋਊਗੀ ਆਏਗਾ ਇਹਦਾ ਘਰ ਆ ਮੈਂ ਤਾਂ ਕਹਿੰਦੀ ਸੀ ਕੁਛ ਨਹੀਂ ਕਹਿੰਦਾ ਕੋਈ ਭਗਵਾਨ ਤਮਾਨ ਨੇ ਮੈਨੂੰ ਐਂ ਕਿਹਾ ਕਹਿੰਦਾ ਵੀ ਤਪਤੀਸ਼ ਕਰ ਲੈ ਤਪਤੀਸੀ ਆ ਸਕਦੇ ਨੇ ਅੱਛਾ ਹਾਂ ਵੀ ਫੋਟੋ ਜਮ੍ਹਾਂ ਆਣ ਘਰੇ ਅੰਦਰ ਲੱਗੀ ਹੋਵੇ ਲੋਬੀ 'ਚ ਜਿਹੜੇ ਦੇਖ ਕੇ ਹੀ ਮੁੜ ਜਾਣ ਉਹ ਫੋਟੋਆਂ ਪੇਟੀ 'ਚ ਰੱਖਣ ਨੂੰ ਨਹੀਂ ਹੁੰਦੀਆਂ ਕਈ ਵਾਰੀ ਉਹ ਪੁਲਿਸ ਵਾਲੇ ਬਣ ਕੇ ਆ ਸਕਦੇ ਨੇ ਵਰਦੀ 'ਚ ਕਈ ਵਾਰ ਸਿਵਲ ਆ ਜਾਣਗੇ ਕਈ ਵਾਰ ਲੇਡੀ ਆ ਜਾਂਦੀ ਹੈ ਇਨਕੁਆਇਰੀ ਵਾਲਿਆਂ ਨੂੰ ਪ੍ਰੂਫ ਚਾਹੀਦੇ ਆ ਹਾਂ ਜਦੋਂ ਆ ਕੇ ਦੇਖ ਗਏ ਉਹਦੀ ਕੰਮ ਫਿੱਟ ਹੈਂ ਹੋਰ ਹਾਂ ਮੈਂ ਮੈਨੂੰ ਕਿਹਾ ਕਹਿੰਦਾ ਭਰਪੂਰ ਸਿਆਂ ਕਹਿੰਦਾ ਪੱਕਾ ਐਂ ਐਂ ਹੱਥ ਕਰਕੇ ਕਹਿੰਦਾ ਪੱਕਾ ਵਾਅਦਾ ਤੇਰੇ ਨਾਲ ਪੱਕਾ ਵਾਅਦਾ ਕਹਿੰਦਾ ਤੇਰੇ ਨਾਲ ਕੁੜੀ ਕਹਿੰਦਾ ਨੌਕਰੀ ਤੂੰ ਵੀ ਚੜ੍ਹਾ ਦੂੰ ਆਧਾਰ ਕਾਰਡ ਪਿੰਨ ਕਾਰਡ ਅਤੇ ਉਹ ਕੰਜਰ ਦਾ ਰਾਸ਼ਨ ਕਾਰਡ ਰਾਸ਼ਨ ਕਾਰਡ ਦੇ ਉੱਪਰ ਕਹਿੰਦਾ ਸਾਰਾ ਕੁਛ ਲੱਗ ਜੇ ਨੌ ਚੜ੍ਹ ਜੇ ਤੇਰਾ ਵੀ ਲੜਕੀ ਦਾ ਪਿਤਾ ਮੈਂ ਹਾਂ ਅਤੇ ਮੇਰੇ ਘਰ ਦੇ ਤੂੰ ਆ ਭਾਈ ਉਹਦੀ ਗੱਲ ਕਰੀਏ ਪਟਵਾਰੀ ਦੀ ਮੰਤਰੀ ਦੀ ਗੱਲ ਚੱਲ ਰਹੀ ਹੈ ਕਹਿੰਦਾ ਕਿਤੇ ਮੰਤਰੀ ਮੁੰਤਰੀ ਲਵਾ ਦਾਂਗੇ ਜਵਾਨ ਦਾ ਮੈਂ ਬਹੁਤ ਵਾਰ ਮੈਂ ਆਹ ਮਾਨਸਾ ਜੀ ਨਮੋਲ ਹਾਂਜੀ ਉਹ ਕਿਹੜੀ ਆ ਕਿਹੜੀ ਆ ਕੋਲੇ ਉਹ ਜਿਹੜੀ ਗਾਉਂਦੀ ਹੁੰਦੀ ਆ ਨਮੋਲ ਗਗਨ ਅਨਮੋਲ ਹਾਂ ਉਹ ਅਨਮੋਲ ਗਗਨ ਮਾਨ ਨਮੋਲ ਗਗਨ ਮਾਨ ਹਾਂਜੀ ਹਾਂਜੀ ਉਹ ਦੋ ਦਿਨ ਘਰੀ ਬੈਠੀ ਸੀ ਸਾਡੇ ਉੱਥੇ ਆ ਕੇ ਕਹਿੰਦੀ ਅੰਕਲ ਮੇਰਾ ਕਰਾਓ ਕਹਿ ਕੇ ਮੈਂ ਕਹਿੰਦੀ ਉਹ ਬਜਿੱਤ ਕੀ ਰਹਿ ਗਈ ਗੱਲ ਫਿਰ ਉਹਨੂੰ ਕਿਹਾ ਮਹਾਂ ਭਗਵੰਤ ਮਾਨ ਕਰਦੇ ਯਾਰ
ਇਹਦਾ ਭਰਪੂਰ ਲੈ ਕਰਤੀ ਚੱਕ ਉਹਦੀ ਲਾਤੀ ਮੋਹਰ ਜਮਾ ਫਿਕਰ ਨਾ ਕਰ ਲੈ ਮੈਂ ਆਪਦੀ ਧੀ ਗੋਦ ਲੈ ਲਈ ਬਸ ਐ ਸਮਝ ਲੋ ਹੈ ਹੋਰ ਕਈ ਹੁਣ ਸਾਡੇ ਘਰੇ ਕੰਨੇ ਆਵੇ ਉੱਥੇ ਵੀ ਮਾਰੇ ਗੇੜਾ ਗੂੜਾ ਹੈ ਵਧੀਆ ਰਹਿੰਦਾ ਹੁਣ ਮੇਰਾ ਇੱਕ ਜਵਾਕ ਹੈ ਉਹ ਭਾਈ ਚਾਰ ਦਿਨ ਹੋ ਗਏ ਯੂਪੀ ਗਏ ਨੂੰ ਕਹਿੰਦਾ ਉੱਥੇ ਚਾਰ ਪੰਜ ਤੇ ਕਹਿੰਦਾ ਵਿਆਹ ਸ਼ਾਦੀ ਦੇਖਣ ਵਗ ਗਿਆ ਸੱਜਣਾ ਮਿੱਤਰਾਂ ਨਾਲ ਵਗ ਗਿਆ ਹੋਰ ਵਿਆਹ ਸ਼ਾਦੀ ਕਹਿੰਦਾ ਮੈਂ ਭਾਪਾ ਦੇਖ ਕੇ ਆਉਣਾ ਭਾਪਾ ਹੀ ਦੇਖਿਆ ਚੱਲ ਮੈਂ ਉੱਥੇ ਇਕੱਲਾ ਭਾਈ ਆਪੇ ਚਿੱਤ ਪਰਚਾਵਾ ਕਰੀ ਗਿਆ ਰਾਤ ਕਹਿੰਦਾ ਮੇਰਾ ਜੀ ਨਹੀਂ ਲੱਗਿਆ ਮੈਨੂੰ ਕੁੜੀ ਦਿਖੀ ਗਈ ਹੈ ਭਾਈ ਮੈਂ ਮੇਰਾ ਮੋਹ ਆਇਆ ਮੈਨੂੰ ਇਹਦਾ ਹੈ ਮੈਨੂੰ ਤਾਂ ਭੋਲਾ ਜਿਹਾ ਮੂੰਹ ਦਿਖੀ ਗਿਆ ਰਾਤ ਨੂੰ ਤਾਂ ਮੈਂ ਲੈ ਮੈਂ ਮੇਰੇ ਪੁੱਤ ਨੂੰ ਮਿਲ ਕੇ ਆਉਣਾ ਜਾ ਕੇ ਨਾਲੇ ਮੈਂ ਆਹ ਫੋਟੋ ਖੜਾ ਕੇ ਸਮਝਾ ਕੇ ਆਉਣਾ ਵੀ ਤਪਤੀਸ ਵਾਲੇ ਆਉਣਗੇ ਪਹਿਲਾਂ ਭਾਈ ਘਰੇ ਕੰਮ ਵੀ ਕਰਨੇ ਪੈਂਦੇ ਨੇ ਆਪੇ ਝਾੜੂ ਲਾਉਣਾ ਪੈਂਦਾ ਮੈਨੂੰ ਆਪੇ ਸੁੰਬਰਦਾ ਆਪੇ ਰੋਟੀ ਬਣਾਉਣਾ ਆਹਦੇ ਕੰਜੇ ਦੇ ਹੱਥ ਮੱਚ ਗਏ ਤੜਕੇ ਫੁੱਲ ਮੱਚ ਗਿਆ ਜੀ ਮੇਰੇ ਤਾਂ ਤਵੇ ਨਾਲ ਐਂ ਰੋਟੀ ਲਾਉਣ ਲੱਗਿਆ ਤਵੇ ਨਾਲ ਲੱਗ ਗਏ ਹੁਣ ਢਿੱਡ ਤਾਂ ਭਰਨੀ ਆ ਭਾਈ ਮੈਨੂੰ ਪਤਾ ਭਾਈ ਜਦੋਂ ਤੇਰੀ ਉਹ ਵੱਡੀ ਮੰਮੀ ਪੂਰੀ ਹੋਈ ਹੈ ਮੈਨੂੰ ਪਤਾ ਲੋਕਾਂ ਮੰਮੀ ਪਾਉਣਾ ਜਾਣਾ ਬੰਦ ਕਰਤਾ ਲੋਕਾਂ ਦੇ ਅਗਲਾ ਕਹਿੰਦੇ ਵੀ ਐਂ ਕਰਕੇ ਤੀਵੀ ਬਾਰ ਇਹਦੇ ਕੋਈ ਹੋਰ ਨਾ ਕੰਮ ਮੈਂ ਛੇੜੀ ਕਰਦੇ ਅੰਕਲ ਤੂੰ ਇੱਧਰ ਆ ਜਾ ਕਰ ਕੁਛ ਨੀ ਹੁੰਦਾ ਕੁਛ ਨੀ ਕਹਿੰਦੇ ਲੋਕ ਆਪਣੀ ਰੋਟੀ ਲਾਉਣੀ ਤੂੰ ਇੱਥੇ ਆ ਕੇ ਖਾ ਕੇ ਜਾਇਆ ਕਰ ਕੋਈ ਨਾ ਆਉਂਗਾ ਅੱਜ ਰਹਿ ਜੀ ਨਾਲੇ ਜਾਣ ਦੀ ਲੋੜ ਨਹੀਂ ਲੈ ਕਿਵੇਂ ਰਹੂੰਗਾ ਭਾਈ ਨਾ ਮੈਂ ਕੱਪੜੇ ਲੈ ਕੇ ਆਇਆ ਨਾ ਮੈਂ ਲੀੜੇ ਲੈ ਕੇ ਆਇਆ ਕੱਪੜੇ ਨੂੰ ਆਪਾਂ ਕਿਹੜਾ ਵਿਆਹ ਸੁਣ ਅੰਕਲ ਕੁਛ ਨਹੀਂ ਹੁੰਦਾ ਉਹ ਨਹੀਂ ਭਾਈ ਲੋਕਾਂ ਦਾ ਮੌਕਾ ਦਾ ਔਖਾ ਹੈ ਕੋਈ ਨਾ ਤੂੰ ਆ ਜੀ ਉੱਧਰ ਕਦੇ ਅੰਕਲ ਨਹੀਂ ਫਿਰ ਮੇਰਾ ਹੈ ਕਹਿ ਦੇ ਵੀ ਨਹੀਂ ਆਪਣਾ ਹੈ ਉਹਨੇ ਖਾਲ ਖੂਲ ਚ ਮਾਰਨਾ ਕਿਤੇ ਨਾ ਕਿਤੇ ਕੋਈ ਸਪਾਈਡਰ ਤੋੜ ਦੂ ਕਿਤੇ ਕੋਈ ਬੈਰਿੰਗ ਤੋੜ ਦੂ ਫਿਰ ਜਿਹੜੀ ਨਵੀਂ ਚੀਜ਼ ਆ ਦੁਬਾਰਾ ਉਹੀ ਜੀ ਨਹੀਂ ਬਣਦੀ ਹੈ ਹੋਰ ਹੁਣ ਦਰਸ਼ਨੀ ਚੀਜ਼ ਹੈ ਟਮਾਟਰ ਕਿਹਨੂੰ ਮਿਲਦਾ ਭਲਾ ਹੈ ਹੈ ਉਹ ਤਾਂ ਇਹ ਤਾਏ ਨੂੰ ਸੀ ਐਂ ਕਿਹਾ ਸੀ ਵੀ ਧਵਾ ਵੀ ਲਿਆਈ ਵਾਹਨ ਤਾਂ ਵਾਉਣਾ ਹੀ ਵਾਉਣਾ ਸੀ ਧਵਾ ਕੇ ਲਿਆਂਦਾ ਅੱਜ ਨਾ ਖਾਦਾ ਨਹੀਂ ਦਾ ਭਾਈ ਕਰੜਾ ਮੇਰਾ ਯਾਰ ਭਰਾਉਣ ਲਈ ਪਿਆ ਬਾਕੀ ਖਾ ਅੰਕਲ ਗਜਰੇਲਾ ਬਸ ਬਸ ਆਪਣਾ ਜੀ ਕੰਮ ਜਾਉਂ ਜਮਾ ਨੇੜੇ ਲੱਗਿਆ ਪਿਆ ਜਣੀ ਕੇ ਵੀ ਸਰੀ ਆ ਕੰਮ ਬਾਰ ਬਾਰ ਹੋਈ ਗੱਲਾਂ ਕਰਨ ਦਾ ਕੋਈ ਫਾਇਦਾ ਹੀ ਨਹੀਂ ਤੁਸੀਂ ਐਂ ਕਰੋ ਜੀ ਮੇਰੇ ਨਾਲ ਕਰ ਲਓ ਭਗਵੰਤ ਮਾਨ ਦੇ ਨਾਲ ਕੋਠੀ ਚੱਲੋ ਹੈ ਭਗਵੰਤ ਮਾਨ ਦੀ ਜਿਹੜੀ ਤੀਵੀ ਹੈ ਉਹ ਮੈਂ ਕਹਿੰਦਾ ਰੱਬ ਦੀ ਰੂਪ ਹੋਊਗੀ ਹੈ ਉਹਨੂੰ ਬਿਠਾ ਕੇ ਤੁਹਾਨੂੰ ਚਾਹ ਪਿਆ ਦੇਣਾ ਉੱਥੇ ਮੈਂ ਦੱਸ ਕਰਨੀ ਹੈ ਮੀਟਿੰਗ
ਨਹੀਂ ਬਸ ਐ ਹੈ ਜੀ ਮੈਂ ਕਿਹਾ ਆਪਾਂ ਐਡਾ ਹੂਲਾ ਵੀ ਫੱਕਿਆ ਤੇ ਕੱਲ ਨੂੰ ਕੋਈ ਗੱਲਬਾਤ ਹੋ ਨਹੀਂ ਹੁੰਦੀ ਮਹਾ ਜਾਂ ਸਹੀ ਨਾ ਹੋ ਨਹੀਂ ਹੁੰਦੀ ਮਹਾ ਹੱਦ ਹੋ ਗਈ ਹੈ ਨਹੀਂ ਹੁੰਦੀ ਮੰਮੀ ਐ ਨਾ ਕਿ ਅੰਕਲ ਨੂੰ ਬੁਰਾ ਵੀ ਲੱਗੇ ਕਿੱਥੇ ਸੱਦੀ ਗੱਲਬਾਤ ਹੈ ਮੇਰੀ ਹੈ ਹਾਂ ਹਾਂ ਛੋਟੀ ਸੂਣ ਵਾਲੀ ਹੈ ਹਾਂਜੀ ਇਹ ਸੂਣ ਵਾਲੀ ਹੈ ਅੱਛਾ ਮੈਂ ਤੇਰੇ ਨਾਲ ਲਾਡ ਕਰਨਾ ਬਾਲਾ ਵਧੀਆ ਲੱਗਦਾ ਮੈਂ ਤਾਂ ਸਵਰੀਏ ਤੇਰੇ ਕਰਕੇ ਆਉਣਾ ਉਰੇ ਹੈ ਹੋਰ ਮੈਨੂੰ ਤਾਂ ਐਂ ਵੀ ਮੇਰੀ ਭਾਈ ਕੁੜੀ ਐਡੀ ਹੋਵੇ ਹੈ ਹੋਰ ਹੁਣ ਫੌਜੀ ਫੌਜੀ ਬੁੱਧੀ ਭਾਲਦੀ ਐ ਤੇਰੇ ਵਾਸਤੇ ਕੋਈ ਉਹਦਾ ਤੇ ਪਤਾ ਜਾਂਦੇ ਤੇ ਗੋਲੀ ਵੱਜ ਜੇ ਲੈ ਉਹ ਤੇਰਾ ਭਲਾ ਹੋ ਜੇ ਤੇਰਾ ਇਹ ਨਹੀਂ ਬੋਲਦੇ ਹੁੰਦੇ ਬਾਲੀ ਜ਼ਬਾਨ ਚੱਲਦੀ ਤਾ ਹੋਨੇ ਦਰਵੇਸ਼ ਲੋਕ ਨੇ ਕਰਮ ਵਾਲਾ ਪਰਿਵਾਰ ਹੁੰਦਾ ਜਿਹਦੇ ਘਰੇ ਫੌਜੀ ਫੌਜੀ ਹੁੰਦਾ ਨਿਆਣੀ ਐ ਕੁਛ ਨੀ ਕਹਿੰਦੇ ਉਹ ਤਾਂ ਐ ਲਾ ਲਾ ਵੀ ਸੌ ਉਹਦੀ ਮਾਂ ਨੇ ਕਹਿੰਦੇ ਕੋਈ ਸੌ ਜਨਮਾਂ ਦਾ ਪੁੰਨ ਕਰਿਆ ਹੋਊਗਾ ਜਿਹਦੇ ਘਰੇ ਫੌਜੀ ਦਾ ਜਨਮ ਹੋਇਆ ਇਹ ਗੱਲਾਂ ਤੈਨੂੰ ਸਮਝ ਨਹੀਂ ਆਉਂਦੀ ਇਹ ਹਜੇ ਨਹੀਂ ਨਿਆਣੀ ਆ ਭਾਈ ਕੋਈ ਜਿਗਰੇ ਵਾਲੀ ਹੋਊਗੀ ਵਿਚਾਰੀ ਜਿਹੜਾ ਆਹ ਇਹ ਕੰਮੀ ਜਾਂਦਾ ਭਾਈ ਇਹਨੂੰ ਕਰ ਠੀਕ ਮੜ ਜਾ ਇਹ ਜਦੋਂ ਦਿਨ ਚ ਦੋ ਤਾਂ ਵਾਰੀ ਕੰਮ ਜਾਂਦਾ ਹਾਂ ਨਹੀਂ ਕਰਦਾ ਗੱਲਾਂ ਹੀ ਮਾਰੀ ਜਾਂਦੀ ਗੱਲਾਂ ਹੀ ਮਾਰੀ ਜਾਂਦੀ ਜਾ ਲਾ ਦੇ ਚਾਰਜਰ ਚਾਰਜ ਤੇ ਲਾ ਕੇ ਭਰ ਦੇ ਪੂਰਾ ਸੁਰਜੀਤ ਕੁੜੇ ਸੁਰਜੀਤ ਹੋ ਲੈ ਕੁੜੇ ਤੂੰ ਕੁਛ ਦਿਨ ਤਾਂ ਪਰਹੇਜ ਰੱਖ ਲੈਂਦੀ ਤੇਰਾ ਫਿਰ ਵੀ ਆਪਰੇਸ਼ਨ ਹੋਇਆ ਆਪਰੇਸ਼ਨ ਮੇਰਾ ਨਹੀਂ ਮੈਂ ਤਾਂ ਠੀਕ ਠਾਕ ਹਾਂ ਨਹੀਂ ਮੈਂ ਤਾਂ ਜਿੱਦਣ ਦੀ ਇਸ ਘਰ ਵਿੱਚ ਆ ਗਈ ਮੇਰਾ ਤਾਂ ਕੰਨ ਤੱਤਾ ਨਹੀਂ ਹੋਇਆ ਤੂੰ ਆਪਰੇਸ਼ਨ ਦੀ ਗੱਲ ਕਰਦੀ ਆ ਤੈਨੂੰ ਭੁਲੇਖਾ ਲੱਗ ਗਿਆ ਲੈ ਕੁੜੇ ਭੂਰਾ ਪੈਸੇ ਲੈ ਕੇ ਆਇਆ 20,000 ਕਹਿੰਦਾ ਦੁੱਧੀਆਂ 'ਚ ਰਸੌਲੀਆਂ ਨੇ ਆਪਰੇਸ਼ਨ ਕਰਾਉਣਾ ਬਾਹਲੀ ਔਖੀ ਅੱਛਾ ਪਰ ਨਹੀਂ ਪੈਸੇ ਤਾਂ ਜ਼ਰੂਰ ਲਿਆਇਆ ਹੋਣਾ ਬੱਬੂ ਦਾ ਪਾਪਾ ਪਰ ਐਂ ਝੂਠ ਬੋਲ ਕੇ ਨਹੀਂ ਲਿਆ ਸਕਦਾ ਆਪਰੇਸ਼ਨ ਤਾਂ ਉਹ ਗੁਰਦੇਵ ਦੀ ਸੁਰਜੀਤ ਕੌਰ ਦਾ ਹੋਇਆ ਵੀ ਉਹ ਤਾਂ ਮੈਨੂੰ ਪਤਾ ਹੈ 3 ਮਹੀਨੇ ਹੋ ਗਏ ਉਹਦਾ ਆਪਰੇਸ਼ਨ ਹੋਏ ਨੂੰ ਮੈਂ ਨਾਲ ਹੀ ਗਈ ਸੀ ਆਂਗਣਵਾੜੀ ਕੁੜੀ ਨਹੀਂ ਹੈਗੀ ਮਲਕੀਤ ਆਹੋ ਉਹ ਲੈ ਕੇ ਗਈ ਸੀ ਨਾਲ ਹੀ ਮੈਂ ਗਈ ਸੀ ਹੁਣ ਉਹਨੂੰ ਭੁੱਲੀ ਹਾਂ ਕਿ ਮੈਂ ਤੈਨੂੰ ਭੁੱਲੀ ਹਾਂ ਨਾਲੇ ਆਪਦੇ ਹੱਥ ਨਾਲ ਪੈਸੇ ਫੜਾਏ ਆ ਮੈਂ 20,000 ਪੂਰਾ ਗਿਣ ਕੇ ਅੱਛਾ ਪੈਸੇ ਤਾਂ ਜ਼ਰੂਰ ਫੜ ਫੁੜ ਲੈਂਦਾ ਇੱਧਰ ਉੱਧਰੋਂ ਪਰ ਐਂ ਝੂਠ ਬੋਲ ਕੇ ਉਹਨੂੰ ਕੀ ਲੋੜ ਪੈ ਗਈ ਐਡੀ ਚੱਲ ਕੋਈ ਨਹੀਂ ਪੁੱਛੂੰਗੀ ਪੁੱਛ ਲਈ ਭੈਣੇ ਕਿਤੇ ਉਹਦਾ ਨਹੀਂ ਆ ਸੁੱਕਾ ਗਿੱਲਾ ਜਾਂ ਨਸਾ ਪੱਤਾ ਜਿਹਾ ਲੱਗ ਗਿਆ ਖਾਣ ਨਾ ਕਰ ਲਈ ਨਾ ਨਾ ਭੈਣੇ ਐਂ ਨਹੀਂ ਆ ਪਿੱਗੀਆਂ ਤਾਂ ਜ਼ਰੂਰ ਹੱਥ ਨੇ ਤੜਕੇ ਲਾ ਲੈਂਦਾ ਪਰ ਸੁੱਕਾ ਗਿੱਲਾ ਕੋਈ ਨਸ਼ਾ ਨਹੀਂ ਕਰਦਾ ਐਂ ਤਾਂ ਮੈਂ ਅੱਖਾਂ ਮੀਟ ਕੇ ਚੁਲੀ ਦੀ ਪਾਣੀ ਭਰ ਸਕਦੀ ਹਾਂ ਨਹੀਂ ਇੰਨੀਆਂ ਵੀ ਬਾਲੀਆਂ ਸਹਿਦੀਆਂ ਨਹੀਂ ਦੇਈਦੀਆਂ ਹੁੰਦੀਆਂ ਕਿਸੇ ਦੀਆਂ ਨਾਲੇ ਨਾ ਅੱਜ ਕੱਲ੍ਹ ਟੈਨਸ਼ਨਾਂ ਬਾਲੀਆਂ ਨੇ ਦਿਮਾਗਾਂ 'ਤੇ ਬੰਦਾ ਲੱਗ ਜਾਂਦਾ ਹੁੰਦਾ ਨਸ਼ੇ ਪੱਤੇ 'ਤੇ ਨਹੀਂ ਨਾ ਨਾ ਲੈ ਆ ਗਈ ਪ੍ਰੀਤ ਵੀ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਪੁੱਤ ਲਿਆਉਂਦੀ ਵਾਸਤੇ ਰਹਿ ਆ ਗਈ ਪੁੱਤ ਹਾਂ ਮੰਮੀ ਆ ਗਈ ਅੱਛਾ ਬੜਾ ਟਾਈਮ ਬੜਾ ਲਾਤਾ ਹੋਰ ਤਾਈ ਦਿੱਤੀ ਇੱਥੇ
ਉਹ ਤਾਂ ਪੁੱਤ ਬਾਕੀ ਸੀ ਪੇਕਿਆਂ ਨੂੰ, ਉਹ ਫਿਰ ਵਿਦਾ ਕਰਕੇ ਤੋਰਤੀ ਸੀ। ਅੱਛਾ। ਹਾਂ ਫਿਰ ਮੈਂ ਕਿਹਾ ਬੈਡ ਰੈਸਟ ਤਾਂ ਦੱਸੀ ਹੋਈ ਆ, ਫਿਰ ਜਦੋਂ ਕੰਮ ਹੀ ਨਹੀਂ ਕਰਨਾ ਜਾ ਭਾਈ ਆਪਦੀ ਮਾਂ ਕੋਲ ਵਗ ਜਾ। ਚੱਲ ਕੋਈ ਬਦਲ ਲਾ ਪੁੱਤ, ਕੱਪੜੇ ਕੁੱਪੜੇ ਫਿਰ ਆਪਣੀ ਤਾਈ ਲਈ ਚਾਹ ਬਣਾ ਲਾ। ਨਾ ਪੁੱਤ ਚਾਹ ਨਾ ਬਣਾਈ, ਚਾਹ ਮੈਂ ਸਰਜੀਤ ਪੀ ਕੇ ਆਈ ਆ। ਤੂੰ ਕਿਹੜਾ ਤੁਰੀ ਰਹਿੰਦੀ ਆ, ਨਹੀਂ ਪੀ ਲਾ ਘੁੱਟ ਚਾਹ ਦਾ। ਨਹੀਂ ਇਹ ਤਾਂ ਬਣੇ ਤੇਜ਼ਾਬ ਨੇ ਗਾ ਰੱਖਿਆ ਕੰਮ, ਕਿਹੜੀ ਘੁੱਟ, ਮੈਂ ਤਾਂ ਇੱਕ ਵਾਰੀ ਮਸਾਂ ਪੀਂਦੀ ਹਾਂ ਦਿਨ 'ਚ ਚਾਹ। ਅੱਛਾ ਓ ਬਹੂ ਹੁਣ ਸੱਤਵੇਂ 'ਚ ਤੋਰੀ ਕਿ ਨੌਵੇਂ 'ਚ? ਭੈਣੇ ਸੱਤਵੇਂ 'ਚ ਹੀ ਤੋਰਤੀ, ਡਾਕਟਰ ਨੇ ਬੈਡ ਰੈਸਟ ਦੱਸਤੀ। ਮੈਂ ਆਖਿਆ ਜਦੋਂ ਕੰਮ ਦਾ ਡੱਕਾ ਤਾਂ ਤੋੜਨਾ ਨਹੀਂ, ਫਿਰ ਮੈਂ ਕਰਾਉਣਾ ਵੀ ਕੀ ਹੈ ਇੱਥੇ। ਆਹੋ ਚਲੋ ਪਤਾ, ਅੱਜ ਕੱਲ੍ਹ ਤਾਂ ਕੇਸ ਹੀ ਇੱਦਾਂ ਹੁੰਦੇ ਆ। ਬਸ ਚੱਲ ਇਹ ਤਾਂ ਜਦੇ ਜਾਂ ਕਦੇ ਨਿਰਾਲਾ ਵਾ ਬੱਤੀ ਹੋਵੇ, ਪੁੱਤ ਹੋਵੇ ਠੀਕ ਠਾਕ ਰੱਖੇ, ਮੋਹਰੇ ਆਵੇ। ਹਾਂ ਭੈਣੇ ਉਹ ਵਾਹਿਗੁਰੂ ਦੀ ਕਿਰਪਾ ਸੱਚੀ। ਤੇਰੇ ਸਾਹਮਣੇ ਕਿੰਨੇ ਸਾਲ ਹੋ ਗਏ ਵਿਆਹ ਨੂੰ, ਇੱਦੇ ਤਰਸਦੇ ਫਿਰਦੇ ਹਾਂ। ਹਾਂ ਮੈਂ ਤੈਨੂੰ ਐਂ ਕਹਿਣ ਲੱਗੀ ਸੀ ਵੀ ਕਿਸੇ ਚੱਜ ਦੇ ਡਾਕਟਰ ਕੋਲ ਦਿਖਾ ਲਾ। ਡਾਕਟਰਾਂ ਡੂਟਰਾਂ ਦੇ ਹੱਥ ਵੱਸ ਦੀ ਗੱਲ ਹੈ ਨਹੀਂ, ਇਹ ਤਾਂ ਨਿਰਾਲਾ ਬਾਬਾ ਕਿਰਪਾ ਕਰੇ ਤਾਂ ਹੀ ਜਵਾਕ ਹੋਣਾ, ਮਨ ਵੀ ਖੜਾਉਣ ਆਪਣਾ, ਮਨ ਤਾਂ ਟਕਾਉਂਦੇ ਨਹੀਂ, ਡਾਕਟਰਾਂ ਦੇ ਮੂੰਹ ਘਰ ਅਜਾੜੀ ਪਾਈ ਜਾਂਦੇ ਆ। ਨਾਲੇ ਤੈਨੂੰ ਪਤਾ ਹੀ ਆ ਜਵਾਕ ਅੱਜ ਕੱਲ੍ਹ ਆਪਣੀਆਂ ਮਰਜ਼ੀਆਂ ਕਰਦੇ ਆ, ਸਾਡੀ ਬੁੱਢੇ ਠੇਰਿਆਂ ਦੀ ਕਿੱਥੋਂ ਮੰਨਦੇ ਆ, ਆਖੇ ਡਾਕਟਰ ਆ ਉਹ ਕਹਿੰਦਾ, ਡਾਕਟਰ ਆ ਉਹ ਕਹਿੰਦਾ। ਹਾਂ ਇਹ ਤਾਂ ਤੇਰੀ ਗੱਲ ਸਿਆਣੀ ਆ ਭਾਈ, ਮੰਨਦੇ ਤਾਂ ਹੈ ਪਰ ਫਿਰ ਵੀ ਆਪਣੇ ਤੋਂ ਰਿਹਾ ਤਾਂ ਜਾਂਦਾ ਨਹੀਂ, ਬੋਲੇਗਾ ਨਾ, ਬੋਲਣਾ ਤਾਂ ਫਿਰ ਵੀ ਪੈਂਦਾ। ਚੱਲ ਭਾਈ ਜਦੋਂ ਕਰਮਾਂ 'ਚ ਹੋਊਗਾ, ਨਿਰਾਲੇ ਬਾਬੇ ਦਾ ਮਿੰਟਾਂ ਦਾ ਕੰਮ ਆ ਜਵਾਕ ਦੇਣਾ ਤਾਂ, ਪਰ ਚਲੋ ਆਪਾਂ ਹੁਣ ਕਿਸੇ ਨਾਲ ਧੱਕਾ ਮੁੱਕੀ ਤਾਂ ਕਰ ਨਹੀਂ ਸਕਦੇ, ਨਾ ਜ਼ੋਰ ਜ਼ਬਰਦਸਤੀ ਕਰੀਏ। ਚੱਲ ਛੱਡ, ਚੱਲ ਭੈਣੇ ਮਰਜ਼ੀ ਆ ਇਹਨਾਂ ਦੀ, ਹੈ ਨਾ। ਹੁਣ ਚਾਹ ਦਾ ਘੁੱਟ ਪੀਊਂਗੀ ਕਿ ਨਹੀਂ? ਨਾ ਭੈਣੇ ਚਾਹ ਤਾਂ ਮੈਂ ਜੇ ਪੀਣੀ ਹੁੰਦੀ ਤੇ ਤੂੰ ਕਹਿ ਕੇ ਕਰਾ ਲੈਂਦੀ। ਚਲੋ ਹਾਂ, ਨਾਲੇ ਮੈਂ ਕਿਹੜਾ ਉੱਪਰੇ ਥਾਵੇਂ ਆਈ ਹਾਂ, ਨਾਲੇ ਆ 20,000 ਵਾਲੀ ਤੂੰ ਗੌਰ ਕਰ ਲਈ ਗੱਲ ਦੀ, ਐਂ ਤਾਂ ਕਹਿ ਨਾ ਦਈ ਵੀ ਬਿੰਦੇ ਬਿੰਦੇ ਸੁਣਾਈ ਕਰਦੀ ਹੈ, ਪੈਸੇ ਪੂਸਿਆਂ ਨਹੀਂ ਮੈਂ ਲੈਣ ਆਈ ਸੀ। ਅਤੇ ਭੈਣੇ ਅੱਜ ਕੱਲ੍ਹ ਪਤਾ ਨਹੀਂ ਲੱਗਦਾ, ਹੁਣ ਲੱਗਦਾ ਨਹੀਂ ਹੈਗਾ ਪੂਰਾ ਵੀ ਕੋਈ ਪੁੱਠਾ ਸਿੱਧਾ ਕੰਮ ਇਹੋ ਜਿਹਾ ਕਰੂ, ਫਿਰ ਵੀ ਗੌਰ ਰੱਖ ਲਈ ਚੰਗਾ। ਇਹਨੂੰ 20,000 ਰੁਪਏ ਦੀ ਕੀ ਲੋੜ ਪੈ ਗਈ? ਅੱਗੇ ਨਾ ਕਦੀ ਪਿੱਛੇ ਨਾ ਕਿਸੇ ਤੋਂ ਇੱਦਾਂ 20,000 ਰੁਪਇਆ ਫੜ ਕੇ ਲਿਆਇਆ। ਜੇ ਇਹਨੂੰ ਪੈਸਿਆਂ ਦੀ ਲੋੜ ਹੋਵੇ ਮੇਰੇ ਕੋਲ ਤਾਂ ਝੱਟ ਗੱਲ ਕਰ ਦਿੰਦਾ। ਚੱਲ ਕੋਈ ਨਹੀਂ, ਕਰੂੰਗੀ ਗੱਲ ਇਹਦੇ ਨਾਲ। ਕੁੜੇ ਪ੍ਰੀਤ, ਕੁੜੀ ਦਾ ਬਰਾਂਡਾ ਭਰਿਆ ਪਿਆ, ਦੋ ਮਹੀਸਾਂ ਖੜੀਆਂ ਨੇ ਲੱਖ ਲੱਖ ਦੀਆਂ, ਦੋ ਉੱਤਰ ਖੜੀਆਂ ਨੇ 4-4.5 ਲੱਖ ਦਾ ਤਰਾ ਬਾਈ ਖੜਿਆ। ਮੇਰੇ ਅੰਕਲ ਤੂੰ ਰਹਿ ਜਾ ਅੱਜ, ਐ ਮੁੱਛਾਂ ਕੁੰਡੀਆਂ ਕਰਕੇ ਮੇਰੇ ਨਾਲ ਜਾਈ ਤੂੰ ਗੇੜੀ ਰੂਟ ਤੇ, ਖੇਤ ਜਾਵਾਂਗੇ ਅੱਜ ਆਪਾਂ ਆਪਣੇ, ਮੈਂ ਤੈਨੂੰ ਸਾਰੀ ਪੇੜੀ ਦਿਖਾ ਕੇ ਲਿਆਉਂ ਸਾਡੀ, ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਸਾਡੇ ਟਾਕਾ। ਅੱਛਾ ਹਾਂ, ਸਕੂਟਰੀ ਤੇ ਚੱਲਾਂਗੇ ਫੇਰ ਕਦੇ ਭਗ ਚੱਲਾਂਗੇ ਪੁੱਤਾ, ਅੱਜ ਅੰਕਲ ਰਹਿ ਜੀ ਅੱਜ ਚੱਲਾਂਗੇ। ਚਲ ਆ ਜਾ ਕੁੜੀਏ, ਧਾਰ ਕੱਢ ਕੇ। ਹਾਂ ਮੰਮੀ ਧਾਰ ਕੱਢ ਲੈ, ਮੈਂ ਕੱਢੂ ਕੱਢਦਾ ਧਾਰ, ਤੁਸੀਂ ਕੱਢੋ। ਨਹੀਂ ਜੀ ਕੋਈ ਨਹੀਂ, ਅਸੀਂ ਕੱਢ ਲਾਂਗੇ। ਲੈ ਹੱਦ ਹੋ ਗਈ, ਮੈਂ ਕਰ ਲੈ ਲੈ ਕਮਾਲ ਹੋ ਗਈ ਲੈ, ਕਹਿ ਉਹਦੇ ਅੰਕਲ। ਨਹੀਂ ਨਹੀਂ ਤੁਸੀਂ ਸਬਜ਼ੀ ਭਾਜੀ ਦਾ ਕਰੋ, ਇਹ ਤੀਵੀਆਂ ਦਾ ਕੰਮ ਸ਼ੁਰੂ ਨਾ, ਮੈਂ ਧਾਰਾ ਦੂਰਾ ਕੱਢਣਾ। ਕੋਈ ਨਾ ਕੋਈ ਨਾ, ਮੈਂ ਕਰਦਾ ਧਾਰ, ਨਾਲੇ ਮੈਂ ਦੇਖਦਾ ਧਾਰ ਪੋਲੀ ਕਿਵੇਂ। ਜਾਓ ਲਿਆ ਪੁੱਤ ਤੂੰ ਪਾ ਦਾਣਾ ਦੂਣਾ ਲਿਆਉਣੀ ਆ ਫਿਰ ਮੈਂ। ਲੈ ਆ ਸਬਜ਼ੀ ਵਾਲਾ ਢਹਿ ਜਾਣਾ, ਧਨੀਆ ਵੀ ਨਹੀਂ ਦੇ ਕੇ ਗਿਆ। ਕੋਈ ਨਾ ਮੰਮੀ, ਪਾਪੇ ਤੋਂ ਮੰਗਾ ਲਾਂਗੇ ਆਪਾਂ।
ਪਾਪਾ ਚੱਕੀ ਫਿਰਦੀ ਕੀ ਟਾਈਮ ਹੋ ਗਿਆ ਕੁੜੇ? 4:30 ਹੋ ਗਏ ਮੰਮੀ। ਸਵੇਰ ਦਾ ਉਜੜਿਆ ਆ, ਨਾ ਦਾਲ ਦਾ ਫਿਕਰ ਨਾ ਕੋ ਸਬਜ਼ੀ ਦਾ ਫਿਕਰ। ਪਾਪਾ ਗਿਆ ਕਿੱਥੇ ਆ? ਗਿਆ ਆ ਉੱਥੇ, ਮੈਨੂੰ ਕੀ ਪਤਾ ਕਿੱਥੇ ਗਿਆ ਆ ਕਿੱਥੇ ਨਹੀਂ। ਮੈਨੂੰ ਤਾਂ ਕਹਿ ਕੇ ਗਿਆ ਮੈਂ ਹੁਣੇ ਹੀ ਆ ਜਾਣਾ। ਹੈਲੋ, ਸਤਿ ਸ਼੍ਰੀ ਅਕਾਲ ਪੁੱਤ। ਹਾਂ ਪੁੱਤ, ਲੱਗ ਗਿਆ ਪਤਾ। ਹੋਰ ਸੁਣਾ, ਠੀਕ ਆ ਤੇਰੇ ਬੀਬੀ ਪਾਪਾ? ਹਾਂ ਠੀਕ ਹੈ, ਸਾਰੇ ਤੁਸੀਂ ਠੀਕ ਹੋ? ਹਾਂ ਪੁੱਤ, ਮੈਂ ਤਾਂ ਠੀਕ ਹਾਂ। ਮੈਂ ਪੁੱਛਣ ਨੂੰ ਫੋਨ ਕਰਿਆ ਸੀਗਾ, ਮੈਂ ਕਿਹਾ ਵੀ ਮੈਂ ਨਾ 60-70 ਹਜ਼ਾਰ ਰੁਪਇਆ ਇਕੱਠਾ ਕਰ ਲਿਆ, ਵੀ ਮੈਂ ਤੁਹਾਨੂੰ ਖਾਤੇ 'ਚ ਪਾਵਾਂ ਕਿ ਕਿਵੇਂ ਕਰੋਂਗੇ? ਉਹ ਮੰਮੀ ਪੁਆ ਲਓ, ਖਾਤੇ 'ਚ ਪੁਆ ਲਓ ਇਹ ਤੋਂ। ਕੋਈ ਨਹੀਂ ਪੁੱਤ, ਮੈਂ ਤੇਰੇ ਪਾਪੇ ਨਾਲ ਕਰੂੰਗੀ ਗੱਲ। ਆਹੋ ਖੜ ਜਾ ਪੁੱਤ, ਐ ਕਰ, ਉਹ ਗਾਂਢਵੀ 'ਚ ਪੈਸੇ ਪਏ ਨੇ 50 ਰੁਪਈਏ, ਜਾਂ ਇੱਥੇ ਸਬਜ਼ੀ ਵਾਲਾ ਖੜਾ ਹੁਣ ਆਲੂ ਲੈ ਕੇ ਆ, ਆਹ ਗਾਜਰਾਂ ਮਟਰਾਂ 'ਚ ਆਲੂ ਪਾ ਲਵਾਂਗੇ। ਜਾ ਠੀਕ ਹੈ, ਨਾਲੇ ਤੂੰ ਕਤਾ ਨਹੀਂ ਆਉਂਦੇ। ਹੈਲੋ, ਹਾਂ ਪੁੱਤ, ਪੁੱਤ ਕਰਨਾ ਕਿਵੇਂ ਆ? 60-70 ਹਜ਼ਾਰ ਨਾਲ ਕੀ ਬਣੂਗਾ, ਤੈਨੂੰ ਵੀ ਤਾਂ ਪਤਾ ਹੀ ਆ ਤੇਰੀ ਪੰਮੀ ਭੂਆ ਦੇ ਕਿੰਨੇ ਪੈਸੇ ਦੇਣੇ ਆ, ਅੱਧ ਪਚੱਧ ਤਾਂ ਕਰਦਾ ਤੂੰ। ਨਾਨੀ ਮੇਰੇ ਕਿਹੜਾ ਹੱਥ 'ਚ ਨਹੀਂ ਹੈ ਪੈਸੇ, ਮੈਂ ਤਾਂ ਹੁਣ ਮੰਗ ਤੱਕ ਕਰਿਆ ਜਿਹੜਾ 60-70 ਹਜ਼ਾਰ ਵੀ ਕਰਿਆ, ਹੁਣ ਉਹਦਾ ਜੋ ਸਾਰੇ ਕੰਪਨੀ ਲੈ ਕੇ ਭਰੋ, ਮੈਂ ਤਾਂ ਮੰਗ ਤੰਗ ਵੀ ਕਰ ਰਿਹਾ, ਮੰਗ ਤਾਂ ਆਪਣੇ ਫਿਰਦਾ ਲੋਕਾਂ ਦਾ ਆਰਾਮ ਸਮੇਂ। ਹੋ ਤਾਂ ਪੁੱਤ ਮੈਂ ਤੇਰੀ ਗੱਲ ਸਮਝਦੀ ਹਾਂ, ਇਹਨੂੰ ਤਾਂ ਨਿੱਜ ਹੁਣ ਇਹਨੂੰ ਮੈਂ ਬਥੇਰਾ ਵਡਿਆ ਆ ਵੀ ਕਾਰ ਦੀ ਚਾਬੀ ਦੇ ਦੇ, ਕਾਰ ਦੀ ਚਾਬੀ ਦੇ ਦੇ, ਕਾਰ ਦੀ ਚਾਬੀ ਤਾਂ ਜੇਬ 'ਚ ਪਾਈ ਫਿਰਦਾ। ਮੈਂ ਤਾਂ ਬਥੇਰਾ ਕਿਹਾ ਵੀ ਜਵਾਕ ਦੀ ਕਾਰ ਦੇ ਦੇ, ਕਾਹਨੂੰ ਆਪਾਂ ਧੀ ਜਵਾਈ ਨਾਲ ਕਲੇਸ਼ ਪਾਉਣਾ, ਮੰਨਿਆ ਨਹੀਂ। ਬਾਕੀ ਤੂੰ ਕਾਰ ਦੀ ਫਿਕਰ ਨਾ ਕਰ ਪੁੱਤ, ਮੈਂ ਤਾਂ ਕਾਰ ਦੇ ਟਾਇਰ ਰੋਜ਼ ਮਾਂਜਦੀ ਹਾਂ, ਰੋਜ਼ ਕਾਰ ਧੋਨੀ ਹਾਂ। ਨਾਨੀ ਮੇਰੀ ਗੱਲ ਸੁਣੋ, ਮੇਰੀ ਗੱਡੀ ਹੈ ਕਿਸੇ ਨਾਲ ਸਾਂਝੀ। ਅੱਛਾ, ਹਾਂ ਮੇਰੇ ਨਾਮ ਨਹੀਂ ਹੈਗੀ ਗੱਡੀ, ਮੇਰੀ ਇਹ ਡੀਸੀ ਨਾਲ ਸਾਂਝੀ ਹੈਗੀ ਗੱਡੀ, ਗੱਡੀ ਵੀ ਉਸੇ ਦੇ ਨਾਮ ਹੈ। ਡੀਸੀ ਨਾਲ ਸਾਂਝੀ ਆ, ਹੋਰ ਹੁਣ ਮੇਰੇ ਨਾਮ ਕਿੱਥੇ ਹੁੰਦੀ ਸੀ, ਸਾਡੀ ਸਾਂਝੀ ਲਈ ਸੀ ਉਦੋਂ ਬੰਦਿਆਂ ਦੀ, ਡੀਸੀ ਦਾ ਭਾਈ ਮੇਰੇ ਨਾਲ ਕੰਮ ਕਰਦਾ ਹੈਗਾ ਕੰਪਨੀ 'ਚ। ਫੇਰ ਪੁੱਤ ਹੁਣ ਮੈਂ ਉਹੀ ਕਹਿਣਾ, ਹੁਣ ਬੰਦਾ ਮੈਨੂੰ ਕਹੀ ਜਾਂਦਾ ਕਹਿੰਦਾ ਗੱਡੀ ਚਾਹੀਦੀ ਹੈ, ਮੈਂ ਜਾਣਾ ਕਿਤੇ ਵਿਆਹ ਜਾਣਾ ਹੈਗਾ, ਹੁਣ ਦੱਸ ਮੈਂ ਗੱਡੀ ਦੇ ਕੀ ਜਵਾਬ ਦੇਵਾਂ ਬੰਦੇ ਨੂੰ, 2-3 ਦਿਨ ਤਾਂ ਮੈਂ ਟਾਲਿਆ, ਉਹ ਹੁਣ ਠੜਦਾ ਨਹੀਂ ਹੈਗਾ, ਹੁਣ ਕਹਿੰਦਾ ਬਾਈ ਮੈਨੂੰ ਤਾਂ ਦੱਸ ਫਿਰ, ਮੈਨੂੰ ਸੱਚ ਦੱਸਣਾ ਪਿਆ ਨਹੀਂ, ਐਂ ਕਰਕੇ ਨਾਨੇ ਨੇ ਗੱਡੀ ਰੱਖ ਲਈ। ਪੁੱਤ ਤੂੰ ਕਾਹਨੂੰ ਦੱਸਣਾ ਸੀ ਸੱਚ, ਬੀਬੀ ਭਾਪੇ ਨੂੰ ਤਾਂ ਨਹੀਂ ਦੱਸਿਆ, ਨਾ ਦੱਸਦਾ ਤੂੰ ਡੀਸੀ ਨੂੰ ਵੀ। ਫਿਰ ਹੁਣ ਬੰਦੇ ਨਾਲ ਗੱਡੀ ਸਾਂਝੀ ਆ, ਜਦੋਂ ਗੱਡੀ ਅੱਧੀ ਹੋ ਸੀ, ਜੇ ਨਾਮ ਉਹਦੇ ਹੈਗੀ ਤਾਂ ਦੱਸ ਮੈਂ ਕੀ ਕਰਾਂ, ਮੈਂ ਤਾਂ ਆਪ ਫਸ ਗਿਆ ਵਿਚਾਲੇ। ਪੁੱਤ ਤੇਰੇ ਨਾਲੋਂ ਵੱਧ ਤਾਂ ਮੈਂ ਫਸੀ ਬੈਠੀ। ਸੌਣ ਲੱਗੇ ਨਾਨੀ, ਮੈਨੂੰ ਮਾਂ ਦੀ ਸੌਣ ਲੱਗੇ ਜੀ, ਮੇਰੇ ਲਵੇ ਤੁਸੀਂ 1 ਰੁਪਇਆ ਵੀ ਹੋਵੇ, ਮੈਂ ਤਾਂ ਕੁਛ ਵੀ ਨਹੀਂ ਰੱਖਿਆ, ਸਾਰੇ ਕੰਪਨੀ ਲੈ ਕੇ ਉੱਡ ਗਈ, ਮੈਂ ਤਾਂ ਮਾਇਆ ਫਿਰਦਾ ਵਿਚਾਲੇ। ਚੱਲ ਰੋ ਨਾ ਪੁੱਤ, ਮੈਂ ਤਾਂ ਤੈਨੂੰ ਸੁੱਖਾਂ ਸੁੱਖ ਸੁੱਖ ਲਿਆ, ਮੈਂ ਤਾਂ ਤੇਰੀਆਂ ਸੁੱਖਾਂ ਵੀ ਨਹੀਂ ਹਜੇ ਲਾਈਆਂ, ਉੱਧੜ ਤੈਨੂੰ ਆਲੂ ਵਾਂਗੂ ਛੱਲ ਦਿੱਤਾ। ਮੇਰੇ ਵੀ ਮਾਰਿਆ ਉੱਧਣ, ਦੇਖ ਲੈ ਤੈਨੂੰ ਬਚਾਉਂਦੀ ਬਚਾਉਂਦੀ ਨੂੰ। ਨਹੀਂ ਪੁੱਤ ਕੋਈ ਗੱਲ ਨੀ, ਮੈਂ ਤੇਰੇ ਨਾਨੇ ਨਾਲ ਕਰਦੀ ਆ ਗੱਲ, ਉਹਨੂੰ ਵਡਿਆ ਕੇ ਦੇਖਦੀ ਆ। ਕੋਈ ਨੀ ਪੁੱਤ, ਕੋਈ ਨੀ, ਤੂੰ ਫਿਕਰ ਨਾ ਕਰ,
ਮੈਂ ਕਰਦੀ ਹਾਂ ਕੁਛ ਹੈ ਹੀਲਾ ਵਸੀਲਾ, ਹਲੇ ਆਪਣੇ ਭਾਪੇ ਨੂੰ ਨਾ ਦੱਸੀ ਤੂੰ ਡੈਡੀ ਨੂੰ। ਹਾਂ ਚੱਲ ਠੀਕ ਆ ਪੁੱਤ। ਪਾ ਦੇ ਭਾੜਾ। ਇਹਨੂੰ ਵਿੱਚੋਂ ਪਰਾ ਵੱਡੋ ਫਾਹਾ ਇਹਦਾ ਸੀਲ ਲਈਏ ਕੋਈ ਕੁਰਸੀ ਰਹਿਣ ਦੇ, ਤੂੰ ਐਂ ਕਰ ਕੱਪੜੇ ਕੱਢ ਨਹੀਂ ਮੇਰੇ ਉਹ ਤੌਲੀਆ ਲਿਆ ਦੇ ਲਿਆਉਣੇ ਪਾਸਰ ਜੀਤ ਦੀ ਭੁਲੇਖਾ ਪੈ ਗਾ ਉਹ ਰੇ ਛਿੱਤਰਾਂ ਨੂੰ ਕਰ ਲਿਆ ਤੀ।